ਨਵਜੋਤ ਸਿੰਘ ਸਿੱਧੂ ਦੇ ਇੱਕ ਵੱਖਰੇ ਵਿਚਾਰ ਨੇ। ਕਾਫੀ ਲੰਮਾ ਸਮਾਂ ਜਦੋਂ ਭਾਜਪਾ 'ਚ ਵੀ ਹੁੰਦੇ ਸੀ ਪੰਜਾਬ ਬਾਰੇ ਉਦੋਂ ਵੀ ਉਹਨਾਂ ਦੇ ਵੱਖਰੇ ਵਿਚਾਰ ਸੀ। ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਉਹ ਅਕਾਲੀ ਸਰਕਾਰ 'ਤੇ ਲਗਾਤਾਰ ਹਮਲੇ ਕਰਦੇ ਸੀ। ਪਾਰਟੀਆਂ ਦੇ ਵਿੱਚ ਅਸਲ 'ਚ ਜਿਹੜੇ ਸਿਆਸੀ ਵਖਰੇਵੇਂ ਪੈਦਾ ਹੁੰਦੇ ਨੇ ਨਾ ਜੀ, ਅਸੀਂ ਉਹਨਾਂ ਨੂੰ ਵਿਚਾਰਾਂ ਦਾ ਮਤਭੇਦ ਜਾਂ ਵਖਰੇਵਾਂ ਜਾਂ ਵੱਖਰੀ ਸੋਚ ਦੀ ਥਾਂ ਅਸੀਂ ਨਵੇਂ ਸ਼ਬਦ ਘੜ ਲਏ ਖਾਨਾ ਜੰਗੀ। ਜਦੋਂ ਵੀ ਕੋਈ ਸਵਾਲ ਉਠਾਉਂਦਾ ਇਹ ਅਹੁਦੇ ਦਾ ਭੁੱਖਾ, ਜਦੋਂ ਕੋਈ ਵੱਖਰੀ ਗੱਲ ਕਰਦਾ ਇਹ ਅਹੁਦਾ ਲੈਣਾ ਚਾਹੁੰਦਾ। ਇਹਨੇ ਇਹਦਾ ਉਹਦੀ ਪਤਾ ਲੱਗਣ ਲੱਗ ਗਿਆ ਸੀ ਵੀ ਵੱਖਰੀ ਤਰ੍ਹਾਂ ਸੋਚਦਾ ਪੰਜਾਬ ਦੀ ਸਮੱਸਿਆ ਬਾਰੇ। ਜਦੋਂ ਇਹਨੇ ਕਿਹਾ ਵੀ ਰੇਤੀ ਦੀ ਕਾਰਪੋਰੇਸ਼ਨ ਬਣਾਓ, ਜਦੋਂ ਕਿਹਾ ਸ਼ਰਾਬ ਦੀ ਕਾਰਪੋਰੇਸ਼ਨ ਬਣਾਓ, ਜਦੋਂ ਕਿਹਾ ਕੇਬਲ ਕੰਟਰੋਲ ਕਰੋ, ਉਦੋਂ ਲੱਗਣ ਲੱਗ ਗਿਆ ਸੀ ਭਾਈ ਇਹਦੀ ਸੁਰ ਹੋਰ ਆ। ਜਦੋਂ ਕਰਤਾਰਪੁਰ ਸਾਹਿਬ ਗਿਆ ਨਾ ਜੀ, ਜਿਹੜਾ ਉੱਥੇ ਨੇ ਬਿਰਤਾਂਤ ਸਿਰਜਿਆ ਉਹਨੇ ਤਰਥੱਲੀ ਮਚਾਤੀ, ਕਿਉਂਕਿ ਭਾਰਤ ਦਾ ਰਾਸ਼ਟਰਵਾਦ ਆ ਜਿਹੜਾ ਉਹ ਪਾਕਿਸਤਾਨ ਨਾਲ ਦੁਸ਼ਮਣੀ ਤੇ ਟਿਕਿਆ ਹੋਇਆ। ਇਹ ਲਾਂਘਾ ਖੋਲਣ ਦੀ ਗੱਲ, ਫਿਰ ਬਾਘਾ ਬਾਰਡਰ ਖੋਲਣ ਦੀ ਗੱਲ, ਅਮਨ ਸ਼ਾਂਤੀ ਦੀ ਗੱਲ, ਤੇ ਇਹਦੇ ਖਿਲਾਫ਼ ਨੇਰੀ ਠਾਲਤੀ। ਕੈਪਟਨ ਸਾਹਿਬ ਉਹ ਵੀ ਤੇ ਹਰਸਿਮਰਤ ਕੌਰ ਬਾਦਲ ਵੀ ਪਾਸ ਦੇ ਕੇ ਖੇਡਦੇ ਹੁੰਦੇ ਨੇ, ਪਰ ਕਹਿੰਦੇ ਹੁੰਦੇ ਆ ਵੀ ਉਹ ਆਪਣੀ ਪੋਜੀਸ਼ਨ ਤੋਂ ਇੰਚ ਪਿੱਛੇ ਨਹੀਂ ਹਟਿਆ, ਇਹ ਸੂਤ ਭਰ ਪਿੱਛੇ ਨਹੀਂ ਹਟਿਆ। ਬਾਅਦ 'ਚ ਮੈਨੂੰ ਪਤਾ ਲੱਗਿਆ ਤੇ ਦਬਾਅ ਬਹੁਤ ਸੀ, ਗੋਲ ਮੋਲ ਗੱਲ ਕਰ ਲਾ, ਪਿੱਛੇ ਹਟ ਜਾ, ਮਾਫੀ ਦੇ। ਤੁਸੀਂ ਚਿਹਰੇ ਦੀ ਗੱਲ ਕੀਤੀ ਹੈ, ਚਿਹਰਾ ਤਾਂ ਇੱਕ ਤਰੀਕੇ ਦਾ ਇੱਥੇ ਵੀ ਪ੍ਰਪੋਜ਼ ਕਰ ਦਿੱਤਾ ਗਿਆ। ਖੜਗੇ ਸਾਹਿਬ ਨੇ ਨਾਲ ਦੀ ਨਾਲੇ ਇਹਨੂੰ ਰਿਜੈਕਟ ਕਰਤਾ ਵੀ ਪਹਿਲਾਂ ਜਿੱਤ ਤਾਂ ਉਹ ਪ੍ਰਧਾਨ ਮੰਤਰੀ ਦੀ ਗੱਲ ਬਾਅਦ 'ਚ ਕਰ ਲਾਂਗੇ। ਤੇ ਇਹਦੇ ਵਿੱਚ ਨਾ ਇੱਕ ਸ਼ਰਾਰਤੀ ਬੱਚਾ ਜਿਹਦਾ ਨਾਂ ਕੇਜਰੀਵਾਲ ਆ, ਜਿਹਦੀ ਰੂਹ ਤਾਂ ਹੈਗੀ ਆ ਮੋਦੀ ਵਾਲੇ ਏਜੰਡੇ 'ਚ, ਜਿਸਮ ਉਹਦਾ ਇੰਡੀਆ ਵਾਲੇ ਏਜੰਡੇ 'ਚ। ਪੰਜਾਬ ਦਾ ਇਤਿਹਾਸ ਆ, ਵਿਰਸਾ, ਤਸੀਰ ਆ ਇੱਕ, ਪੰਜਾਬ ਨੂੰ ਬਾਹਰੋਂ ਨਹੀਂ ਹੱਕਿਆ ਜਾ ਸਕਦਾ। ਪੰਜਾਬ ਆ ਜਿਹੜਾ ਇਹਨੂੰ ਪੰਜਾਬ 'ਚ ਹੀ ਚਲਾਇਆ ਜਾ ਸਕਦਾ। ਇਹ ਲੜਾਈ ਦਿੱਲੀ ਦੇ ਵਿੱਚ ਵਿਰੋਧੀ ਧਿਰ ਆ ਜਿਹੜੀ ਹਾਕਮ ਧਿਰ ਨੂੰ ਹਰਾਉਣ ਲਈ ਆ, ਇਹ ਲੜਾਈ ਸੂਬਿਆਂ ਦੀ ਸੱਤਾ ਬਦਲ ਲਈ ਨਹੀਂ ਹੈ। ਜਿਹੜਾ ਕੌਮਨ ਮਿਨੀਮਮ ਪ੍ਰੋਗਰਾਮ ਆ ਜਿਹਦੇ ਇਕੱਠੇ ਹੋਣਾ ਉਹ ਮੋਦੀ ਦੇ ਖਿਲਾਫ ਆ, ਉਹਨੂੰ ਲਾਉਣ ਲਈ ਆ, ਉਹ ਤਾਂ ਲੜਾਈ ਲੜਨੀ ਆ, ਪੰਜਾਬ ਦੀ ਸੱਤਾ ਲਈ ਨਹੀਂ ਲੜਨੀ। ਨਵਜੋਤ ਸਿੰਘ ਸਿੱਧੂ ਹਾਰਿਆ ਸੀ, ਉਹ ਮੈਦਾਨ 'ਚ ਨਿਕਲਿਆ ਸੜਕ 'ਤੇ, 20 ਦਿਨਾਂ ਦੇ ਵਿੱਚ ਆਮ ਸਰਕਾਰ ਜਾਮ ਕਰਕੇ ਰੱਖਤੀ, ਸੱਦਾ ਦੇਣਾ ਪਿਆ ਨਾ ਗੱਲਬਾਤ ਦਾ, ਤੇ ਉਦੋਂ ਤਾਂ ਉਹਨੂੰ ਕਿਹਾ ਨਹੀਂ ਵੱਖਰਾ ਖੜਾ ਕਿਉਂ ਲਾਉਣਾ। ਤੇ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਉਹਦੇ ਕੋਲ ਕਿਹੜਾ ਕੋਈ ਅਹੁਦਾ, ਮੈਂ ਉਹਦੇ ਕਿਸੇ ਸਵਾਲ ਦਾ ਕਿਉਂ ਜਵਾਬ ਦੇਵਾਂ, ਤੇ ਉਦੋਂ ਕੀ ਉਹਦੇ ਕੋਲ ਕੋਈ ਅਹੁਦਾ ਸੀ ਜਦੋਂ ਗੱਲਬਾਤ ਲਈ ਬੁਲਾਇਆ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਖਾਨਾ ਜੰਗੀ ਇੱਕ ਸ਼ਬਦ ਹੈਗਾ, ਇਨ ਫਾਈਟਿੰਗ ਪਾਰਟੀਜ਼ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਪਰ ਕਾਂਗਰਸ ਪਾਰਟੀ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਾਰ ਵਾਰ ਖਾਨਾ ਜੰਗੀ ਦੇਖਣ ਨੂੰ ਮਿਲੀ ਹੈ। ਜੇ ਪੰਜਾਬ ਕਾਂਗਰਸ ਦੀ ਗੱਲ ਕਰੀਏ, ਪਿਛਲੇ ਵਾਰੀ ਦੇ ਵਿੱਚ ਵੀ ਖਾਨਾ ਜੰਗੀ ਦਾ ਮਾਹੌਲ ਸੀਗਾ, ਪਰ ਬਾਵਜੂਦ ਉਸ ਦੇ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਇੱਕ ਹਾਲਾਤ ਬਣੇ ਨੇ ਪੰਜਾਬ ਕਾਂਗਰਸ ਦੇ ਵਿੱਚ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਰੈਲੀ ਕੀਤੀ ਔਰ ਉਹਦੇ ਬਾਅਦ ਬਾਜਵਾ ਜਿਹੜੇ ਕਿ ਲੀਡਰ ਆਫ ਆਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਜਵਾਬ ਦਿੱਤਾ। ਮਹਿਰਾਜ ਦੇ ਵਿੱਚ ਰੈਲੀ ਹੁੰਦੀ ਹੈ ਅਤੇ ਉਸ ਦੇ ਬਾਅਦ ਉੱਥੇ ਲੋਕ ਇਕੱਠੇ ਹੁੰਦੇ ਹੈ। ਨਵਜੋਤ ਸਿੰਘ ਸਿੱਧੂ ਕਹਿੰਦੇ ਵੀ ਮੈਂ ਵਰਕਰ ਦੀ ਤਰ੍ਹਾਂ ਗਿਆ ਸੀ, ਵਰਕਰਸ ਨੇ ਮੈਨੂੰ ਬੁਲਾਇਆ ਸੀ ਅਤੇ ਮੈਂ ਉੱਥੇ ਆਪਣੀ ਗੱਲ ਰੱਖੀ। ਪ੍ਰਤਾਪ ਬਾਜਵਾ ਕਹਿ ਬੈਠਦੇ ਹੈ ਕਿ ਵੱਖ ਅਖਾੜਾ ਲਾਉਣ ਦੀ, ਨਵਾਂ ਅਖਾੜਾ ਲਾਉਣ ਦੀ ਕੀ ਜ਼ਰੂਰਤ ਹੈ, ਸਟੇਜਾਂ ਸਾਡੀਆਂ ਸਜੀਆਂ ਨੇ, ਕਾਂਗਰਸ ਦੀਆਂ ਹੈਗੀਆਂ ਨੇ, ਇੱਕ ਸਟੇਜ 'ਤੇ ਆ ਕੇ ਬੋਲਣਾ ਚਾਹੀਦਾ, ਵੱਖ ਵੱਖ ਸਟੇਜਾਂ ਨਹੀਂ ਲਾਉਣੀਆਂ ਚਾਹੀਦੀਆਂ ਔਰ ਲਾ ਵੀ ਨਹੀਂ ਸਕਦੇ। ਇਸ ਤਰੀਕੇ ਦੀ ਗੱਲਬਾਤ ਪ੍ਰਤਾਪ ਬਾਜਵਾ ਨੇ ਕਹੀ। ਇਸ ਦੇ ਬਾਅਦ ਜਵਾਬ ਦਿੱਤਾ
ਨਵਜੋਤ ਸਿੱਧੂ ਨੇ, ਪਰ ਉਸ ਤੋਂ ਜ਼ਿਆਦਾ ਕੜਕ ਜਵਾਬ ਦਿੱਤਾ ਨਵਜੋਤ ਸਿੱਧੂ ਦੇ ਪੋਲੀਟੀਕਲ ਸਲਾਹਕਾਰ ਜਿਹੜੇ ਨੇ, ਸਿਆਸੀ ਸਲਾਹਕਾਰ ਸੀਗੇ ਹੁਣ ਵੀ ਹੈਗੇ ਨੇ, ਮਾਲਵਿੰਦਰ ਸਿੰਘ ਮਾਲੀ। ਮਾਲਵਿੰਦਰ ਸਿੰਘ ਮਾਲੀ ਆਪਣੇ ਸਿਰਫ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਹੀ ਨਹੀਂ ਹੈਗੇ ਸਿਆਸੀ ਸਲਾਹਕਾਰ, ਪਰ ਉਸਦੇ ਨਾਲ ਨਾਲ ਉਹ ਚਿੰਤਕ ਵੀ ਨੇ ਔਰ ਪੰਜਾਬ ਲਈ ਬਹੁਤ ਸੁਹਿਰਦ ਨੇ, ਔਰ ਆਪਣੇ ਤਰੀਕੇ ਦੇ ਨਾਲ ਉਹ ਆਪਣੇ ਤਕਰੀਰਾਂ ਵੱਖ ਵੱਖ ਵਿਸ਼ਿਆਂ 'ਤੇ ਔਰ ਖਾਸ ਕਰਕੇ ਪੋਲੀਟੀਕਲ ਸਿਨੈਰੀਓ ਨੂੰ ਲੈ ਕੇ ਕਰਦੇ ਰਹਿੰਦੇ ਨੇ। ਤੁਸੀਂ ਉਹਨਾਂ ਨਾਲ ਰੂਬਰੂ ਹੈਗੇ ਹੋ, ਅਸੀਂ ਅੱਜ ਫਿਰ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਾਂਗੇ, ਪਰ ਐਤਕੀ ਸੰਦਰਭ ਉਹਨਾਂ ਦਾ ਸਲਾਹਕਾਰ ਦੇ ਰੂਪ ਵਿੱਚ ਹੋਏਗਾ, ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੇ ਰੂਪ ਦੇ ਵਿੱਚ। ਮਾਲਿਕ ਜੀ, ਮੈਂ ਗੱਲ ਸ਼ੁਰੂ ਕਰ ਦਿੱਤੀ ਹੈ, ਤੇ ਹੁਣ ਮੈਨੂੰ ਪਹਿਲੇ ਤੁਹਾਡਾ ਕਮੈਂਟ ਚਾਹੀਦਾ, ਸਿਚੁਏਸ਼ਨ ਕੀ ਹੈ? ਅਸਲ ਦੇ ਵਿੱਚ ਮੈਂ ਸਲਾਹਕਾਰ ਰਸਮੀ ਤੌਰ ਤੇ ਨਹੀਂ ਹਾਂ ਉਹਨਾਂ ਦਾ, ਹੁਣ ਤੇ ਉਹ ਠੀਕ ਆ, ਚਲੋ ਮੈਂ ਬੋਲਦਾ ਰਹਿਣਾ, ਉਹ ਪੜ੍ਹਦੇ ਸੁਣਦੇ ਹੁੰਦੇ ਆ, ਉਸ ਰੂਪ ਚ ਸਾਰਿਆਂ ਨੂੰ ਇਹ ਸਲਾਹਾਂ ਦਿੰਦੀਆਂ ਨੇ। ਸਾਡੀ ਅਸਲ ਚ ਸਮੱਸਿਆ ਪਤਾ ਕੀ ਹੋ ਗਈ ਜੀ, ਪਿਛਲੇ 30-40 ਸਾਲਾਂ ਚ ਨਾ ਸਾਡੇ ਸੰਕਲਪ ਬਦਲਤੇ, ਸ਼ਬਦ ਬਦਲਤੇ। ਅਕਸਰ ਤਾਂ ਇਹ ਕਿਹਾ ਜਾਂਦਾ ਵੀ ਜਮਹੂਰੀਅਤ ਉੱਥੇ ਹੋਣ ਦੇ ਵਿੱਚ ਰਹਿੰਦੀ ਆ ਜਿੱਥੇ ਉਹਦੇ ਬਖਰੇਵੇਂ ਵਾਲੇ ਹੋਣ। ਵਿਰੋਧ ਤੋਂ ਬਿਨਾਂ ਜਮਹੂਰੀਅਤ ਦੀ ਕਲਪਨਾ ਨਹੀਂ ਕਰ ਸਕਦਾ, ਚਾਹੇ ਉਹ ਸਿਆਸਤ ਦੇ ਵਿੱਚ ਹੋਵੇ, ਚਾਹੇ ਪਾਰਟੀ ਦੇ ਵਿੱਚ ਹੋਵੇ। ਪਾਰਟੀਆਂ ਦੇ ਵਿੱਚ ਅਸਲ 'ਚ ਜਿਹੜੇ ਸਿਆਸੀ ਬਖਰੇਵੇਂ ਪੈਦਾ ਹੁੰਦੇ ਨੇ ਨਾ ਜੀ, ਅਸੀਂ ਉਹਨਾਂ ਨੂੰ ਵਿਚਾਰਾਂ ਦਾ ਮਤਭੇਦ ਜਾਂ ਬਖਰੇਵਾਂ ਜਾਂ ਵੱਖਰੀ ਸੋਚ ਦੀ ਥਾਂ ਅਸੀਂ ਨਵੇਂ ਸ਼ਬਦ ਘੜ ਲਏ, ਖਾਨਾ ਜੰਗੀ ਜਿਵੇਂ ਤੁਸੀਂ ਕਿਹਾ। ਦੂਜੀ ਗੱਲ, ਜਦੋਂ ਵੀ ਕੋਈ ਸਵਾਲ ਉਠਾਉਂਦਾ ਇਹ ਅਹੁਦੇ ਦਾ ਭੁੱਖਾ, ਜਦੋਂ ਕੋਈ ਵੱਖਰੀ ਗੱਲ ਕਰਦਾ ਇਹ ਅਹੁਦਾ ਲੈਣਾ ਚਾਹੁੰਦਾ। ਖਾਸ ਕਰਕੇ ਕੇਜਰੀਵਾਲ ਨੇ ਜਿਹਨੇ ਵੀ ਸਵਾਲ ਉਠਾਇਆ ਉਹਨੇ ਠੱਪਾ ਲਾਇਆ, ਜਿਹਨੇ ਬਾਦਲ ਸਾਹਿਬ ਬਾਰੇ ਸਵਾਲ ਉਠਾਇਆ ਕਾਂਗਰਸੀ ਏਜੰਟ। ਮਤਲਬ ਜਿਹੜੀ ਗੁਰੂ ਨਾਨਕ ਸਾਹਿਬ ਦੀ ਧਰਤੀ ਆ, ਸ਼ਬਦ ਗੁਰੂ ਦੀ ਧਰਤੀ ਆ, ਵਿਚਾਰ ਦੀ ਧਰਤੀ ਆ, ਗੋਸ਼ਟ ਦੀ ਧਰਤੀ ਆ, ਜਿੱਥੇ ਕਿਹਾ ਗਿਆ ਕਿਸ ਸੁਣੀਏ ਕਿਸ ਕਹੀਏ, ਗੁਰਮੁਖ ਬੈਠੇ ਸਫਾ ਵਿਛਾਏ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵਲਾਈ। ਅਸੀਂ ਫਤਵੇਬਾਜ਼ਾਂ ਦਾ ਸੰਕਲਪ ਆ ਜਿਹੜਾ ਉਹ ਸਾਹਮਣੇ ਆਇਆ, ਜਿਹੜਾ ਤੁਹਾਨੂੰ ਸਾਰੀਆਂ ਬਹਿਸਾਂ ਦੇ ਵਿੱਚ ਵਿਖਾਈ ਦਿੰਦਾ। ਨਵਜੋਤ ਸਿੰਘ ਸਿੱਧੂ ਦੇ ਇੱਕ ਵੱਖਰੇ ਵਿਚਾਰ ਨੇ, ਕਾਫੀ ਲੰਮਾ ਸਮਾਂ ਜਦੋਂ ਭਾਜਪਾ 'ਚ ਵੀ ਹੁੰਦੇ ਸੀ ਪੰਜਾਬ ਬਾਰੇ, ਉਦੋਂ ਵੀ ਉਹਨਾਂ ਦੇ ਵੱਖਰੇ ਵਿਚਾਰ ਸੀ। ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਉਹ ਅਕਾਲੀ ਸਰਕਾਰ 'ਤੇ ਲਗਾਤਾਰ ਹਮਲੇ ਕਰਦੇ ਸੀ, ਈਵਨ ਇਹਨਾਂ ਦੇ ਪ੍ਰਚਾਰ 'ਚ ਨਹੀਂ ਆਉਂਦੇ ਸੀ। ਇੱਕ ਸਟੇਜ 'ਤੇ ਉਹਨਾਂ ਨੇ ਫੈਸਲਾ ਕਰ ਲਿਆ ਕਿ ਮੈਂ ਹੁਣ ਪੰਜਾਬ 'ਚ ਪੋਲਿਟਿਕਸ ਕਰਨੀ ਆ। ਭਾਜਪਾ ਨੇ ਵੀ ਕਿਹਾ ਵੀ ਤੁਸੀਂ ਉੱਥੋਂ ਐਮ ਪੀ ਬਣ ਜਾਓ, ਉੱਧਰ ਬਣ ਜਾਓ, ਕਹਿੰਦੇ ਨਹੀਂ ਮੈਂ ਪੰਜਾਬ 'ਚ, ਚਲੋ ਇੱਧਰ ਆਏ, ਪਹਿਲਾਂ ਬੈਂਸਾ ਨਾਲ ਆਏ, ਕੇਜਰੀਵਾਲ ਨਾਲ ਗੱਲ ਕਰਦੇ, ਮੁੜ ਕੇ ਉਹ ਕਾਂਗਰਸ ਦੇ ਵਿੱਚ ਆ ਗਏ। ਕਾਂਗਰਸ ਦੇ ਵਿੱਚ ਆ ਕੇ ਵੀ ਇੱਕ ਤਾਂ ਦੇਖੋ ਜੀ ਵਿਅਕਤੀਗਤ ਗੁਣ ਔਗਣ ਹੁੰਦੇ ਨੇ, ਇੱਕ ਹੁੰਦੇ ਆ ਵਿਚਾਰ, ਵਿਚਾਰਾਂ ਦੀ ਪੇਸ਼ਕਾਰੀ ਕੀ ਕਰਦੇ ਹੋ ਤੁਸੀਂ, ਇਹ ਦੋ ਵੱਖੋ ਵੱਖਰੀਆਂ ਗੱਲਾਂ ਨੇ। ਹੁਣ ਬਹੁਤ ਸਾਰੇ ਲੋਕ ਮੈਨੂੰ ਕਹਿੰਦੇ ਨੇ ਮਾਲੀ ਤੂੰ ਪੰਚਮ ਸੁਰ 'ਚ ਬੋਲਦਾ, ਉੱਚੀ ਸੁਰ 'ਚ ਬੋਲਦਾ, ਕੋਈ ਹੋਰ ਨੀਵੀਂ ਸੁਰ 'ਚ ਬੋਲਦਾ, ਕੋਈ ਕਿਸੇ ਤਰ੍ਹਾਂ ਬੋਲਦਾ। ਇਹਨੇ ਇਹਦਾ ਉਹਦੀ ਪਤਾ ਲੱਗਣ ਲੱਗ ਗਿਆ ਸੀ ਵੀ ਵੱਖਰੀ ਤਰ੍ਹਾਂ ਸੋਚਦਾ ਪੰਜਾਬ ਦੀ ਸਮੱਸਿਆ ਬਾਰੇ। ਜਦੋਂ ਇਹਨੇ ਕਿਹਾ ਵੀ ਰੇਤੀ ਦੀ ਕਾਰਪੋਰੇਸ਼ਨ ਬਣਾਓ, ਜਦੋਂ ਕਿਹਾ ਸ਼ਰਾਬ ਦੀ ਕਾਰਪੋਰੇਸ਼ਨ ਬਣਾਓ, ਜਦੋਂ ਕਿਹਾ ਕੇਬਲ ਕੰਟਰੋਲ ਕਰੋ, ਉਦੋਂ ਇਹ ਲੱਗਣ ਲੱਗ ਗਿਆ ਸੀ ਭਾਈ ਇਹਦੀ ਸੁਰ ਹੋਰ ਆ। ਇਹ ਕਹਿੰਦਾ ਜਿਹੜੀਆਂ ਸਰਕਾਰੀ ਖਜ਼ਾਨੇ 'ਚ ਪ੍ਰਾਈਵੇਟ ਠੇਕੇਦਾਰ ਘਰ ਨਾ ਪਾਉਂਦੇ ਨੇ ਜਾਂ ਉਹ, ਇਹਨੂੰ ਬੰਦ ਕਰੋ, ਇੱਦੂ ਬਿਨਾਂ ਮਸਲੇ ਹੱਲ ਨਹੀਂ ਹੋਣੇ। ਅਮਨ ਕਾਨੂੰਨ ਦਾ ਮਸਲਾ ਠੀਕ ਆ, ਪ੍ਰੋਬਲਮ ਆ, ਪਰ ਜੇ ਲੋਕਾਂ ਦੇ ਮਸਲੇ ਹੱਲ ਹੋਣ ਲੱਗ ਜਾਣ ਤਾਂ ਅਮਨ ਕਾਨੂੰਨ ਦੀਆਂ ਸਮੱਸਿਆਵਾਂ ਵੀ ਘੱਟ ਜਾਂਦੀਆਂ ਨੇ, ਫਰਸਟ੍ਰੇਸ਼ਨ 'ਚ ਹੋਰ ਆਉਂਦੀਆਂ ਨੇ। ਫਿਰ ਚੁੱਪ ਹੋ ਗਿਆ ਅਸਤੀਫਾ ਦੇ ਕੇ। ਫਿਰ ਅਸਲ 'ਚ ਜੋ ਕਰਤਾਰਪੁਰ ਸਾਹਿਬ ਗਿਆ ਨਾ ਜੀ, ਜਿਹੜਾ ਉੱਥੇ ਨੇ ਬਿਰਤਾਂਤ ਸਿਰਜਿਆ, ਉਹਨੇ ਤਰਥੱਲੀ ਮਚਾਤੀ।
ਕਿਉਂਕਿ ਭਾਰਤ ਦਾ ਰਾਸ਼ਟਰਵਾਦ ਆ ਜਿਹੜਾ ਉਹ ਪਾਕਿਸਤਾਨ ਨਾਲ ਦੁਸ਼ਮਣੀ ਤੇ ਟਿਕਿਆ ਹੋਇਆ ਜੀ, ਬਿਲਕੁਲ। ਇਹ ਲਾਂਘਾ ਖੋਲਣ ਦੀ ਗੱਲ ਜੀ, ਫਿਰ ਵਾਗਾ ਬਾਰਡਰ ਖੋਲਣ ਦੀ ਗੱਲ, ਅਮਨ ਸ਼ਾਂਤੀ ਦੀ ਗੱਲ, ਤੇ ਇਹਦੇ ਖਿਲਾਫ ਨੇਰੀ ਠਾਲਤੀ ਫੌਜੀ ਕੈਪਟਨ ਸਾਹਿਬ ਉਹ ਵੀ ਤੇ ਹਰਸਿਮਰਤ ਕੌਰ ਬਾਦਲ ਵੀ ਪਾਸ ਦੇ ਕੇ ਖੇਡਦੇ ਹੁੰਦੇ ਨੇ, ਸਾਰਾ ਮੀਡੀਆ ਵੀ। ਪਰ ਤੁਸੀਂ ਇਹ ਦੇਖ ਲਓ ਜੀ, ਆਪਾਂ ਕਹਿੰਦੇ ਹੁੰਦੇ ਆ ਵੀ ਉਹ ਆਪਣੀ ਪੋਜੀਸ਼ਨ ਤੋਂ ਇੰਚ ਪਿੱਛੇ ਨਹੀਂ ਹਟਿਆ, ਇਹ ਸੂਤ ਭਰ ਪਿੱਛੇ ਨਹੀਂ ਹਟਿਆ। ਬਾਅਦ 'ਚ ਮੈਨੂੰ ਪਤਾ ਲੱਗਿਆ ਤੇ ਦਬਾਅ ਬਹੁਤ ਸੀ, ਗੋਲ ਮੋਲ ਗੱਲ ਕਰ ਲਾ, ਪਿੱਛੇ ਹਟ ਜਾ, ਮਾਫੀ ਦੇ, ਉਹ ਗਿਆ ਇੱਕ ਗੱਲ। ਇਹ ਚੁੱਪ ਰਿਹਾ, ਪਰ ਇਹਦੀ ਚੁੱਪ ਇਹਦੇ ਬੋਲਣ ਨਾਲੋਂ ਵੀ ਜ਼ਿਆਦਾ ਬੋਲ ਰਹੀ, ਕਿਉਂਕਿ ਲੋਕਾਂ ਦੇ ਮਨ 'ਚ ਘਰ ਕਰ ਗਈ ਸੀ ਇਹਦਾ ਉਹ ਵਰਤਾਂਤ, ਕਰਤਾਰ ਸਿੱਖੀ ਕਰਕੇ ਵੀ ਕਹਿ ਲਓ, ਲੋੜਾਂ ਕਰਕੇ ਵੀ ਕਹਿ ਲਓ। ਫਿਰ ਲੜਾਈ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਹੋਈ, ਇਹਨੇ ਕਿਹਾ ਮੁੱਦਿਆਂ ਦੀ ਸਿਆਸਤ ਸਾਹਮਣੇ ਲਿਆਓ, ਮੁੱਦੇ ਕੀ ਨੇ, ਉਹਨਾਂ ਦੇ ਕਾਰਨ ਕੀ ਨੇ, ਹੱਲ ਦਾ ਰੋਡ ਮੈਪ ਸਾਹਮਣੇ ਲਿਆਓ। ਇੱਥੇ ਆ ਕੇ ਪੰਜਾਬ ਕਾਂਗਰਸ ਨਾਲ ਇਹਦੇ ਵਖਰੇਵੇਂ ਸਾਨੂੰ ਲੱਗਣ ਲੱਗ ਗਏ ਵੀ ਹੈਗੇ ਨੇ, ਪਰ ਇੱਕ ਸਟੇਜ 'ਤੇ ਐਂ ਲੱਗਿਆ ਵੀ ਇਹਦਾ ਏਜੰਡਾ ਪ੍ਰਵਾਨ ਕਰ ਲਿਆ ਕਾਂਗਰਸ ਨੇ। ਜਲੰਧਰ ਜਦੋਂ ਰਾਹੁਲ ਗਾਂਧੀ ਰੈਲੀ 'ਚ ਬੋਲਿਆ, ਲੋਕ ਕਹਿਣ ਲੱਗ ਗਏ ਵੀ ਹੁਣ ਤਾਂ ਨੌ ਹੈ ਬਾਕੀ ਆ, ਕਿਉਂਕਿ ਜਿਹਦੀ ਲਾਈਨ ਪ੍ਰਵਾਨ ਹੋ ਜੇ ਉਹਦੇ ਏਜੰਡਾ ਪ੍ਰਵਾਨ ਹੁੰਦਾ ਕੁਦਰਤੀ ਤੌਰ 'ਤੇ। ਪਰ ਉਦੋਂ ਬਾਅਦ ਜਦੋਂ ਇਹ ਸਵਾਲ, ਕਿਉਂਕਿ ਉਦੋਂ ਇਹ ਵੀ ਇਹ ਗੱਲ 'ਤੇ ਜ਼ੋਰ ਦਿੰਦਾ ਸੀ, ਮੈਂ ਦਰਸ਼ਨੀ ਘੋੜਾ ਨਹੀਂ ਬਣਨਾ, ਜਿਹਦਾ ਮਤਲਬ ਪਹਿਲਾ ਮੁੱਖ ਮੰਤਰੀ ਦਾ ਨਾਂ ਲਾਨੋ, ਹਾਲਾਂਕਿ ਚਿਹਰੇ ਦੀ ਸਿਆਸਤ ਗੈਰ ਜਮਹੂਰੀ ਆ, ਮੁੱਖ ਮੰਤਰੀ ਨੂੰ ਚੁਣਨ ਦਾ ਹੱਕ ਐਮ ਐਲ ਏ ਦਾ, ਚਾਹੇ ਪ੍ਰਭਾਵ ਬਣ ਜਾਂਦਾ ਹੁੰਦਾ ਵੀ ਕੌਣ ਬਣੂ, ਪਰ ਹੁਣ ਤਾਂ ਜੋ ਭਾਜਪਾ ਨੇ ਕੀਤਾ ਇਹਨੇ ਤਾਂ ਨਵੀਂ ਰਿਵਾਜ ਸਿਰਜਿਆ, ਕਿਸੇ ਨੇ ਚਿੱਤ ਚਿੱਤੇ ਵੀ ਨਹੀਂ ਵੀ ਆਹ ਪ੍ਰਧਾਨ ਆਪਣਾ ਮੁੱਖ ਮੰਤਰੀ ਬਣੂ। ਮੈਂ ਤੇ ਰੋਕਾਂਗੀ ਤੁਹਾਨੂੰ ਅਮਾਲੀ ਜੀ, ਤੁਸੀਂ ਗੱਲ ਕੀਤੀ ਹੈ ਕਿ ਗੈਰ ਜਮਹੂਰੀ ਹੈਗਾ ਚਿਹਰੇ ਦੀ ਜਿਹੜੀ ਗੱਲ ਕਰ ਦਿੱਤੀ ਜਾਵੇ, ਪਰ ਜੇ ਹੁਣ ਪਿੱਛੇ ਹੁਣ ਜਿਹੜਾ ਇੰਡੀਆ ਅਲਾਇੰਸ ਨਵਾਂ ਬਣਿਆ ਉਹਦੇ ਵਿੱਚ ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਨਾਮ ਪ੍ਰਪੋਜ਼ ਕੀਤਾ ਗਿਆ ਖੜਗੇ ਸਾਹਿਬ ਦਾ, ਕੌਮੀ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਨਾਮ ਪ੍ਰਪੋਜ਼ ਹੋ ਗਿਆ, ਅਤੇ ਉਹਦੀ ਜਿੱਥੋਂ ਤੱਕ ਖਬਰਾਂ ਆ ਰਹੀਆਂ ਉਹਦੀ ਤਾਕੀਦ ਵੀ ਕੀਤੀ ਹੈ, ਅਤੇ ਕੇਜਰੀਵਾਲ ਨੇ ਕੀਤੀ, ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਵੀ ਨੇ ਅਤੇ ਸੀਐਮ ਦਿੱਲੀ ਵੀ ਨੇ, ਅਤੇ ਉਸਦੇ ਬਾਵਜੂਦ ਜਿੱਦਾਂ ਤੁਸੀਂ ਚਿਹਰੇ ਦੀ ਗੱਲ ਕੀਤੀ ਹੈ, ਚਿਹਰਾ ਤਾਂ ਇੱਕ ਤਰੀਕੇ ਦਾ ਇੱਥੇ ਵੀ ਪ੍ਰਪੋਜ਼ ਕਰ ਦਿੱਤਾ ਗਿਆ। ਨਹੀਂ ਜੀ, ਅਸਲ 'ਚ ਮੀਟਿੰਗ ਦਾ ਫੈਸਲਾ ਨਹੀਂ ਹੈ, ਨਾ ਮੀਟਿੰਗ ਦੇ ਵਿੱਚ ਉਸ ਤਰ੍ਹਾਂ ਦੀ ਵਿਚਾਰ ਚਰਚਾ ਹੋਈ ਆ, ਕਿਉਂਕਿ ਖੜਗੇ ਸਾਹਿਬ ਨੇ ਨਾਲ ਦੀ ਨਾਲ ਇਹਨੂੰ ਰਿਜੈਕਟ ਕਰਤਾ ਵੀ ਪਹਿਲਾਂ ਜਿੱਤ ਤਾਂ ਉਹ ਪ੍ਰਧਾਨ ਮੰਤਰੀ ਦੀ ਗੱਲ ਬਾਅਦ 'ਚ ਕਰ ਲਾਂਗੇ। ਇਹ ਅਸਲ 'ਚ ਇਹਦੇ ਵਿੱਚ ਨਾ ਇੱਕ ਸ਼ਰਾਰਤੀ ਬੱਚਾ ਜਿਹਦਾ ਨਾਂ ਕੇਜਰੀਵਾਲ ਆ, ਜਿਹਦੀ ਰੂਹ ਤਾਂ ਹੈਗੀ ਆ ਮੋਦੀ ਵਾਲੇ ਏਜੰਡੇ 'ਚ, ਜਿਸਮ ਉਹਦਾ ਇੰਡੀਆ ਵਾਲੇ ਏਜੰਡੇ 'ਚ। ਪਹਿਲੀ ਮੀਟਿੰਗ 'ਚ ਉਹਨੇ ਕਿਹਾ ਉਹ ਆਰਡੀਨੈਂਸ ਵਾਲਾ ਮਸਲਾ ਸਭ ਤੋਂ ਪਹਿਲਾਂ ਲਿਆਓ, ਦੂਜੀ ਮੀਟਿੰਗ ਜਾਣ ਤੋਂ ਪਹਿਲਾਂ ਆਪਣੇ ਬੁਲਾਰੇ ਤੋਂ ਕਿਹਾ ਵੀ ਚਿਹਰੇ ਦੀ ਸਿਆਸਤ ਚਿਹਰਾ ਐਲਾਨਣਾ ਚਾਹੀਦਾ ਪਹਿਲਾਂ, ਇਹਦੀ ਗੱਲ ਮੰਨੀ ਨਹੀਂ ਗਈ। ਹੁਣ ਇਸ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਸ਼ੁਰਲੀ ਛੱਡੀ ਆ, ਚਿਹਰੇ ਦੀ ਸਿਆਸਤ ਮੋਦੀ ਨੂੰ ਸਭ ਤੋਂ ਵੱਧ ਫਿੱਟ ਆਉਂਦੀ ਆ, ਵਿਚਾਰ ਦੀ ਸਿਆਸਤ ਆ ਜਿਹੜੀ ਉੱਥੇ ਹੁਣ ਤੱਕ ਇਹਨਾਂ ਨੇ ਲੜਾਈ ਦਿੱਤੀ ਨਹੀਂ ਸੀ, ਮੋਦੀ ਦੇ ਪਾਲੇ 'ਚ ਜਾ ਕੇ ਲੜਦੇ ਸੀ, ਪੈਰ ਨਹੀਂ ਲੱਗੇ ਖੇਤਰੀ ਪਾਰਟੀਆਂ, ਚਾਹੇ ਕਹਿਣ ਨੂੰ ਸੀ ਪਰ ਉਹ ਅਲਾਇੰਸਾਂ ਦੇ ਵਿੱਚ ਰਲਾ ਲਈਆਂ। ਗਾਂਧੀ ਸਾਹਿਬ ਕਹਿੰਦੇ ਹੁੰਦੇ ਕੁਆਪਟ ਵੀ ਕਰ ਲਈਆਂ, ਕੁਰਪਟ ਵੀ ਕਰ ਲਈਆਂ, ਰਾਸ਼ਟਰਵਾਦੀ ਬਣ ਗਈਆਂ। ਤੁਸੀਂ ਆਹ ਦੇਖੋ ਨਾ, ਆਨੰਦਪੁਰ ਸਾਹਿਬ ਦੇ ਮਤੇ ਲਈ ਲੜਨ ਵਾਲੇ ਜੰਮੂ ਕਸ਼ਮੀਰ ਤੇ ਗੁੱਠਾ ਲਾਇਆ ਏ ਖਤਮ ਕਰਤੇ, ਤੁਸੀਂ ਦੇਖੋ ਕਿੱਡੀ ਵੱਡੀ ਤਬਦੀਲੀ ਹੋਈ। ਰਾਹੁਲ ਗਾਂਧੀ ਨੇ ਸਪਸ਼ਟ ਕੀਤਾ ਪਹਿਲੀ ਮੀਟਿੰਗ ਦੇ ਵਿੱਚ, ਇਹ ਜ਼ਰੂਰੀ ਨਹੀਂ ਕਿ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਵੇ। ਨੰਬਰ 2, ਮੈਂ ਪ੍ਰਧਾਨ ਮੰਤਰੀ ਦੀ ਰੇਸ 'ਚ ਨਹੀਂ ਹਾਂ, ਇੱਕ ਉਹਨੇ ਏਜੰਡਾ ਸੈੱਟ ਕਰਤਾ। ਇੰਡੀਆ ਦਾ ਜਿਹੜਾ ਕਨਸੈਪਟ ਆ ਪਹਿਲੀ ਵਾਰ ਹਿੰਦੂ ਤਵੀ ਕਨਸੈਪਟ ਦੇ ਮੁਕਾਬਲੇ ਤੇ ਆਇਆ। ਤੁਸੀਂ ਦੇਖੋ, ਨਫ਼ਰਤ ਨਹੀਂ ਪਿਆਰ, ਤੋੜੋ ਨਹੀਂ ਜੋੜੋ, ਭਾਰਤ ਜੁੜੇਗਾ ਇੰਡੀਆ ਜਿੱਤੇਗਾ। ਹੁਣ ਇਹਦੇ ਆਧਾਰ ਤੇ ਸਭ ਤੋਂ ਵੱਡਾ ਕੰਮ ਸੀ ਕਾਮਨ ਮਿਨੀਮਮ ਪ੍ਰੋਗਰਾਮ ਤਿਆਰ ਕਰਨਾ, ਜਿਵੇਂ ਭਾਰਤ ਜੋੜੋ ਯਾਤਰਾ 'ਚ ਰਾਹੁਲ ਗਾਂਧੀ ਨੇ ਆਪਣੀਆਂ ਗੱਲਾਂ ਰੱਖੀਆਂ, ਲੋਕ ਸਭਾ 'ਚ ਉਹਨੇ ਭਾਸ਼ਣ ਦੇ ਕੇ ਭਾਰਤ ਹੈ ਕੀ ਇਹਦੇ ਬਾਰੇ ਬੋਲਿਆ, ਭਾਰਤ ਕੋਈ ਕੌਮ ਨਹੀਂ, ਇਹ ਰਾਜਾਂ ਦਾ ਸੰਘ ਆ, ਉਹਨਾਂ ਨੂੰ ਹੱਕ
ਮਿਥ ਕੇ ਦਿੱਤੇ ਹੋਏ ਨੇ, ਇੱਕ ਤਰਫਾ ਨਹੀਂ ਖੋ ਸਕਦੇ। ਈਵਨ ਉਹ ਯਾਤਰਾ ਜੋੜੋ ਦੇ ਨਾਲ ਮੁੱਦੇ ਉਠਾਉਂਦਾ ਰਿਹਾ, ਕਾਰਪੋਰੇਟ ਦੇ ਪਾੜਾ ਵੱਧ ਗਿਆ ਆਮਦਨ ਚ, ਜਿਹੜੇ ਸੈਮੀ ਅਦਾਰੇ ਨੇ ਉਹਨਾਂ ਨੂੰ ਸੁਰਜੀਤ ਕਰਨ ਦੀ ਰੁਜ਼ਗਾਰ ਉਹ ਦਿੰਦੇ ਨੇ। ਇੱਕ ਵੱਡੀ ਗੱਲ ਉਹਨੇ ਕਹੀ ਪੰਜਾਬ ਦੇ ਵਿੱਚ ਆ ਕੇ, ਚਾਹੇ ਵਿਅੰਗ ਸੀ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ, ਉਹਨੇ ਕਿਹਾ ਪੰਜਾਬ ਦਾ ਇਤਿਹਾਸ ਆ, ਵਿਰਸਾ, ਤਸੀਰ ਆ ਇੱਕ, ਪੰਜਾਬ ਨੂੰ ਬਾਹਰੋਂ ਨਹੀਂ ਹੱਕਿਆ ਜਾ ਸਕਦਾ, ਪੰਜਾਬ ਆ ਜਿਹੜਾ ਇਹਨੂੰ ਪੰਜਾਬ 'ਚ ਹੀ ਚਲਾਇਆ ਜਾ ਸਕਦਾ। ਆਪਾਂ ਵੀ ਦੇਖਿਆ ਵੀ ਪੰਜਾਬ ਦੀ ਜਿਹੜੀ ਤਸੀਰ ਹੁੰਦੀ ਆ ਹਮੇਸ਼ਾ ਬਹਿਣ 'ਚ ਨਹੀਂ ਬਹਿੰਦੀ, ਚਾਹੇ ਮੋਦੀ ਦਾ ਅਸਰ ਤਾਂ ਹੁੰਦਾ ਕਿਤੇ ਨਾ ਕਿਤੇ ਕੁਛ, ਹਾਂ ਇਸ ਪ੍ਰਸੰਗ 'ਚ ਉਹ ਕੋਸ਼ਿਸ਼ ਆ ਮੇਰੇ ਹਿਸਾਬ ਨਾਲ, ਮੈਂ ਪੋਸਟ ਵੀ ਪਾਈ ਸੀ ਵੀ ਇਹ ਧਲਕਾਉਣ ਦੀ ਕੋਸ਼ਿਸ਼ ਆ ਉਹਨੂੰ ਏਜੰਡੇ ਤੋਂ, ਇਹ ਤੋਂ ਬਚਣਾ ਚਾਹੀਦਾ। ਪਰ ਹੁਣ ਬਹੁਤ ਸਾਰੀਆਂ ਜਿਹੀਆਂ ਗੱਲਾਂ ਆ ਗਈਆਂ ਵੀ ਨਹੀਂ ਇਹ ਕੋਈ ਰਸਮੀ ਗੱਲ ਹੈ ਨਹੀਂ ਸੀ, ਚਿਹਰੇ ਦੀ ਸਿਆਸਤ ਦਾ ਮਤਲਬ ਆ ਮੋਦੀ ਦੇ ਜਾਲ 'ਚ ਫਸਣਾ। ਮੇਰਾ ਆਪਦਾ ਵਿਚਾਰ ਆ ਕੋਈ ਸਹਿਮਤ ਹੋਵੇ ਨਾ ਹੋਵੇ, ਸੰਵਿਧਾਨਕ ਤੌਰ ਤੇ ਵੀ ਗਲਤ ਹੈ। ਚਲੋ ਹੁਣ ਆਪਾਂ ਆ ਰਹੇ ਹਾਂ ਪੰਜਾਬ ਤੇ। ਪੰਜਾਬ ਕਾਂਗਰਸ ਦੀ ਸਮੱਸਿਆ ਇਹ ਆ ਵੀ ਜਦੋਂ ਪੰਜਾਬ ਦੇ ਵਿੱਚ ਬਦਲਾਅ ਦੀ ਲੋੜ ਸੀ, ਜਦੋਂ ਜੋ ਏਜੰਡਾ ਸਿੱਧੂ ਉਭਾਰ ਰਿਹਾ ਸੀ ਉਹਦੀ ਰਸਮੀ ਸਹਿਮਤੀ ਆਮ ਵਾਲੀ ਵੀ ਕਰ ਦਿੰਦੇ ਸੀ, ਕਿਉਂਕਿ ਚੋਣ ਮੈਨੀਫੈਸਟੋ ਇੱਕ ਮਖੌਲ ਬਣ ਗਿਆ ਸੀ। ਸਵਾਲ ਇਹ ਉੱਭਰਿਆ ਸੀ ਵੀ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਓ, ਜਵਾਬਦੇਹੀ ਉੱਭਰੇ, ਇਹਨਾਂ ਨੇ ਚੋਣ ਮੈਨੀਫੈਸਟੋ ਨੂੰ ਪਰਾ ਛੱਡ ਕੇ ਗਰੰਟੀਆਂ ਦੀ ਸਿਆਸਤ ਸ਼ੁਰੂ ਕਰ ਲਈ। ਉਦੋਂ ਪੰਜਾਬ ਕਾਂਗਰਸ ਇਹ ਨਹੀਂ ਸਮਝ ਸਕੀ ਵੀ ਪੰਜਾਬ ਨੂੰ ਬਦਲਾਅ ਦੀ ਲੋੜ ਆ, ਇਹ ਕਹਿੰਦੇ ਨਾ ਤਾਂ ਹਮ ਸੁਧਰੇਂਗੇ ਨਾ ਬਦਲੇਂਗੇ। ਇਹਨਾਂ ਨੇ ਫਿਰ ਦਲਿਤ ਕਾਰਡ ਖੇਡਿਆ, ਨਤੀਜਾ ਤੁਹਾਡੇ ਸਾਹਮਣੇ ਆ। ਹੁਣ ਬਾਜਵਾ ਸਾਹਿਬ ਕਹਿੰਦੇ ਨੇ ਹਾਰ ਦਾ ਜ਼ਿੰਮੇਵਾਰ ਸਿੱਧੂ ਆ, ਪਾਰਟੀ ਪ੍ਰਧਾਨ ਬਣਿਆ, ਉਹਨੂੰ ਚੱਲਣ ਨਹੀਂ ਦਿੱਤਾ, ਪਾਰਟੀ ਨਹੀਂ ਬਣਾਉਣ ਦਿੱਤੀ, ਜੇ ਉਹਨੇ ਅਸਤੀਫਾ ਦੇ ਕੇ ਏਜੀ ਤੇ ਡੀਜੀਪੀ ਬਦਲਾਏ ਤਾਂ ਥੋੜੀ ਜਿਹੀ ਗੱਡੀ ਰਾਹ ਤੇ ਪਈ ਨਾ, ਆ ਮਜੀਠੀਆ ਤੇ ਸੈਣੀ ਤੇ ਤਾਂ ਥੋੜਾ ਜਿਹਾ ਇਹਨਾਂ ਦੀਆਂ ਮਾਫੀਆਂ ਮਿਲੀਆਂ ਸੀ ਜਿਹੜੀ ਆ ਅਨਕੰਡੀਸ਼ਨਲ ਉਹ ਹੋਈਆਂ। ਚਲੋ ਆਹ ਸਰਕਾਰ ਨੇ ਫਿਰ ਨਹੀਂ ਕੁਛ ਕੀਤਾ, ਵੱਖਰੀ ਗੱਲ। ਸੋ ਇਸ ਪ੍ਰਸੰਗ ਦੇ ਵਿੱਚ ਹੁਣ ਜਿਹੜਾ ਮੁਲਕ 'ਚ ਬਦਲਾ, ਹੁਣ ਇਹ ਨਹੀਂ ਸਮਝ ਰਹੇ ਵੀ ਮੁਲਕ 'ਚ ਬਦਲ ਦੀ ਲੋੜ ਆ, ਬਦਲਾਅ ਦੀ ਲੋੜ ਆ। ਇਹ ਇੰਨੇ ਨਿੱਜਪ੍ਰਸਤ ਹੋ ਗਏ, ਇਹ ਸੋਚਦੇ ਸਾਡਾ ਪੰਜਾਬ 'ਚ ਕੀ ਬਣੂ। ਮਤਲਬ ਇਹ ਗੱਲ ਸਾਫ ਆ ਵੀ ਪਿਛਲੇ ਇੰਨੇ ਸਾਲਾਂ 'ਚ ਸਾਡਾ ਇੱਕ ਵਰਤਾਂਤ ਬਦਲਿਆ ਗਿਆ, ਜਿਹਨੂੰ ਆਪਾਂ ਕਹਿੰਦੇ ਹਾਂ ਮਤਲਬ ਪਾਰਟੀ ਹਾਈਕਮਾਂਡ ਕਲਚਰ। ਹੌਲੀ ਹੌਲੀ ਸਾਨੂੰ ਇਹ ਸੋਚ ਕੇ ਦੇਸ਼ ਦੀ ਏਕਤਾ, ਅਖੰਡਤਾ, ਸੁਰੱਖਿਆ ਹੁਣ ਤਾਂ ਸਿੱਧੀ ਆ ਗਿਆ ਨਾ ਜੀ। ਪਹਿਲਾਂ ਤਾਂ ਕਹਿੰਦੇ ਸੀ ਇਹ ਗੁਲਦਸਤਾ, ਫੁੱਲਾਂ ਦੀ ਮਹਿਕ ਆ, ਪਰ ਇਹ ਗੁਲਦਸਤਾ ਵੀ ਆ, ਇਕੱਠਾ ਵੀ ਆ। ਜਿੰਨੇ ਫੁੱਲ ਖੇਡਣਗੇ ਰੰਗ ਬਿਰੰਗੀ ਮਹਿਕ ਹੋਊ ਉਹਨੇ ਗੁਲਦਸਤੇ ਦੀ ਸ਼ਾਨ ਵਧੂ। ਬਾਦਲ ਸਾਹਿਬ ਤਾਂ ਅਕਸਰ ਕਹਿੰਦੇ ਹੁੰਦੇ ਸੀ ਜਿੰਨੇ ਰਾਜ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊ। ਹੁਣ ਇਹਨਾਂ ਨੇ ਸੰਕਲਪ ਉਲਟਾਤਾ, ਅਨੇਕਤਾ 'ਚ ਏਕਤਾ ਦੀ ਥਾਂ ਏਕਤਾ 'ਚ ਅਨੇਕਤਾ ਦੀ ਵਾਲੀ ਗੱਲ ਕਰ ਲਈ, ਜਿਹਦੇ ਵਿੱਚ ਇਹਨਾਂ ਨੇ ਸਿੱਧੀ ਕਹਿਤਾ ਵੀ ਅਸੀਂ ਤਾਂ ਫੁੱਲਾਂ ਦੇ ਗੁਲਦਸਤੇ ਨੂੰ ਭਗਵੀਂ ਚਟਣੀ ਬਣਾਉਣਾ। ਗੱਲ ਤੁਰੀ ਇੱਥੋਂ ਸੀ ਨਾ ਕਾਂਗਰਸ ਮੁਕਤ ਭਾਰਤ। ਕਾਂਗਰਸ ਮੁਕਤ ਭਾਰਤ ਹੋ ਗਿਆ ਆਲੋਚਨਾ ਮੁਕਤ ਭਾਰਤ, ਸਵਾਲ ਮੁਕਤ ਭਾਰਤ, ਪਹੁੰਚੀ ਕਿੱਥੇ ਆ ਵਿਰੋਧੀ ਧਿਰ ਮੁਕਤ ਸੰਸਦ। ਹੁਣ ਇਹ ਤੁਸੀਂ ਇਹਨਾਂ ਦੇ ਇਰਾਦੇ ਦੇਖ ਲਓ ਤੁਸੀਂ ਵੀ ਪਾਰਲੀਮੈਂਟ 'ਚ ਵੀ ਵਿਰੋਧੀ ਧਿਰ, ਇੰਨੇ ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਨਾ ਕੀਤੀ ਹੋਵੇ, ਉਹੀ ਆਪਣਾ ਮੁੱਖ ਮੰਤਰੀ ਵੀ ਉਹਨਾਂ ਲਿਖਿਆ ਤੀ ਚੱਲਦਾ। ਜੇ ਤੁਸੀਂ ਇਸ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਪੰਜਾਬ ਕਾਂਗਰਸ ਜਿਹੜੀ ਹੈ ਉਹ ਆਪਣੀ ਗੱਲ ਤਾਂ ਠੀਕ ਹੀ ਰੱਖ ਰਹੀ ਹੈ। ਇੱਕ ਮਿੰਟ ਲਈ ਜੇ ਉਸ ਸੰਦਰਭ 'ਚ ਤੁਹਾਡੀ ਗੱਲ ਨੂੰ ਜੇ ਅੱਗੇ ਰੱਖ ਕੇ ਦੇਖਿਆ ਜਾਏ, ਕਿਉਂਕਿ ਇਸ ਟਾਈਮ ਜਿਹੜੇ ਪੰਜਾਬ ਕਾਂਗਰਸ ਦੇ ਬਾਕੀ ਲੀਡਰ ਨੇ ਉਹ ਕਹਿ ਰਹੇ ਨੇ ਕਿ ਅਸੀਂ ਇੱਥੇ ਹਾਕਮ ਧਿਰ ਦੇ ਸਾਹਮਣੇ ਖੜੇ ਹਾਂ, ਮੀਨਸ ਕਿ ਅਸੀਂ ਵਿਰੋਧੀ ਧਿਰ ਹੈਗੇ ਹਾਂ ਕਾਂਗਰਸ ਦੇ ਤੌਰ 'ਤੇ। ਅਤੇ ਖਾਸ ਕਰਕੇ ਜਿਹੜਾ ਪ੍ਰਗਟ ਸਿੰਘ ਨੇ ਇੱਕ ਬਿਆਨ ਦਿੱਤਾ ਹੈ ਇਸ ਸਾਰੇ ਸਿਨੈਰੀਓ ਦੇ ਵਿੱਚ, ਉਹਨਾਂ ਨੇ ਕਿਹਾ ਜੀ ਚੌਥੇ ਨੰਬਰ ਦੀ ਪਾਰਟੀ ਹੈਗੀ ਹੈ ਬੀਜੇਪੀ ਇੱਥੇ।
ਪਹਿਲੇ ਦੂਜੇ ਨੰਬਰ ਤੇ ਡੈਫੀਨੇਟਲੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਹੈ, ਕਿਉਂਕਿ ਉਹ ਵਿਰੋਧੀ ਧਿਰ ਹੈ, ਤਾਂ ਕਰਕੇ ਦੂਜੇ ਨੰਬਰ ਤੇ ਤਾਂ ਹੀ ਵਿਰੋਧੀ ਧਿਰ ਆਈ ਹੈ। ਤੇ ਕਹਿੰਦੇ ਜੀ ਹੁਣ ਜਦੋਂ ਦੇਸ਼ ਦੀ ਗੱਲ ਆਈ ਹੈ, ਲੋਕ ਸਭਾ ਦੀ ਗੱਲ ਆਈ ਹੈ, ਤਾਂ ਉਸ ਬੀਜੇਪੀ ਨੂੰ ਜਿਹੜੀ ਇੱਥੇ ਚੌਥੇ ਨੰਬਰ ਤੇ ਆ, ਉੱਥੇ ਚਾਹੇ ਪਹਿਲੇ ਨੰਬਰ ਤੇ ਹੈ, ਤੇ ਇੱਥੇ ਉਹਦੀਆਂ 13 ਸੀਟਾਂ ਦੇ ਲਈ ਪਹਿਲੇ ਦੂਜੇ ਨੰਬਰ ਦੀਆਂ ਪਾਰਟੀਆਂ ਗਠਬੰਧਨ ਕਰਕੇ ਕੀ ਲੌਜਿਕ ਹੈਗਾ ਕਿ ਇਸ ਤਰੀਕੇ ਦੇ ਨਾਲ ਇੱਥੇ ਚੋਣਾਂ ਲੜਨ? ਨੰਬਰ ਇੱਕ। ਨੰਬਰ ਦੋ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਇਹ ਸਾਰਾ ਦਾ ਸਾਰਾ ਸੀਨ ਬਣ ਰਿਹਾ, ਵੀ ਮੈਂ ਇਸ ਦੇ ਬਿਲਕੁਲ ਸਹਿਮਤ ਨਹੀਂ ਹੈਗਾ ਵੀ ਇਹ ਜੋ ਵੀ ਗੱਲ ਹੈਗੀ ਹੈ। ਪਰ ਇੱਥੇ ਉਹ ਗੱਲ ਇਹ ਹੁੰਦੀ ਹੈ ਕਿ ਕਿਸੇ ਟਾਈਮ 'ਤੇ ਉਹ ਦੋਸਤ ਸੀਗੇ ਨਵਜੋਤ ਸਿੰਘ ਸਿੱਧੂ ਦੇ, ਹੁਣ ਇਸ ਤਰ੍ਹਾਂ ਦਾ ਸਿਨੈਰੀ ਉੱਭਰ ਰਿਹਾ, ਲੌਜਿਕਸ ਦੀ ਗੱਲ ਆ ਰਹੀ ਹੈ। ਅਤੇ ਜੇ ਇੰਡੀਆ ਦੇ ਸੰਦਰਭ ਦੀ ਗੱਲ ਕੀਤੀ ਜਾਵੇ, ਇੰਡੀਆ ਅਲਾਇੰਸ ਦੀ, ਔਰ ਜੇ ਇਹਦੀ ਗੱਲ ਕੀਤੀ ਜਾਵੇ ਪੰਜਾਬ ਦੀ ਲੋਕ ਸਭਾ ਦੀ 13 ਸੀਟਾਂ ਦੀ, ਤਾਂ ਫਿਰ ਤਾਂ ਉਹ ਆਪਣਾ ਸਟੈਂਡ ਠੀਕ ਲੈ ਰਹੇ। ਨਾਲੇ ਇਹ ਵੀ ਗੱਲਾਂ ਉੱਭਰ ਕੇ ਆ ਰਹੀਆਂ ਨੇ ਕਿ ਵਿਧਾਨ ਸਭਾ ਦੇ ਵਿੱਚ, ਕਿਉਂਕਿ ਵਿਰੋਧੀ ਧਿਰ ਨੇ, ਅਤੇ ਉਹ ਕਹਿੰਦੇ ਜੀ ਅਸੀਂ ਹਾਕਮ ਧਿਰ ਦੇ ਸਾਹਮਣੇ ਖੜ੍ਹੇ ਹਾਂ, ਅਸੀਂ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੂੰ ਸਵਾਲ ਕਰਾਂਗੇ? ਜੇ ਅਸੀਂ ਇਕੱਠੇ ਹੋ ਕੇ ਅਲਾਇੰਸ ਹੋ ਗਏ, ਉੱਪਰ ਸਿਰ ਜੁੜ ਗਏ, ਤਾਂ ਥੱਲੇ ਅਸੀਂ ਸਵਾਲ ਕਿਵੇਂ ਕਰਾਂਗੇ? ਇਹ ਨਾ ਸਾਡੇ ਨਜ਼ਰੀਏ, ਵਿਗੜੇ ਹੋਏ ਨਜ਼ਰੀਏ ਦਾ ਇੱਕ ਬਹੁਤ ਆਲਾ ਨਮੂਨਾ। ਕਹਿੰਦੇ ਹੋ ਤੁਸੀਂ ਜਿਹੜਾ ਭਾਰਤ ਆ ਰਾਜਾਂ ਦਾ ਸੰਘ ਆ, ਇਹਨਾਂ ਨੂੰ ਇਹ ਸਮਝਣਾ ਚਾਹੀਦਾ ਇੰਡੀਆ ਦੀ ਚੋਣ ਦਾ ਬਰਤਾਂਤ ਹੋਰ ਹੁੰਦਾ, ਰਾਜਾਂ ਦੀ ਚੋਣ ਦਾ ਬਰਤਾਂਤ ਹੋਰ ਹੁੰਦਾ। ਕਾਂਗਰਸ ਯਾਦ ਕਰੇ ਪਿਛਲੀਆਂ ਵਿਧਾਨ ਸਭਾ ਕਿੰਨੀਆਂ ਸੀਟਾਂ ਜਿੱਤੀਆਂ ਸੀ ਇਹਨਾਂ ਨੇ, ਲੋਕ ਸਭਾ ਦੀ ਚੋਣ 'ਚ ਸਾਰੀਆਂ ਲੋਕ ਸਭਾ 'ਚ ਸਫਾਇਆ ਕਾਂਗਰਸ ਦਾ, ਦਿੱਲੀ 'ਚ ਕੇਜਰੀਵਾਲ ਦੀ ਸਰਕਾਰ ਲੋਕ ਸਭਾ 'ਚ ਸਫਾਇਆ। ਇਸ ਕਰਕੇ ਜਿਹੜਾ ਰਾਜਾਂ ਦਾ ਬਰਤਾਂਤ ਵੱਖਰਾ, ਇੱਕ ਮੁਲਕ ਦਾ ਬਰਤਾਂਤ ਵੱਖਰਾ, ਇਹਨੂੰ ਇਹ ਰਲਗੱਡ ਕਰ ਰਹੇ ਨੇ। ਇਹੀ ਮੋਦੀ ਕਹਿ ਰਿਹਾ ਇੱਕ ਕੌਮ ਇੱਕ ਚੋਣ। ਇਸ ਕਰਕੇ ਮੈਂ ਤੁਹਾਨੂੰ ਕਿਹਾ ਵੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਸਿਆਸੀ ਤੌਰ 'ਤੇ ਉਹ ਅਪ ਟੂ ਮਾਰਕ ਨਹੀਂ ਹੈ, ਉਹ ਜ਼ਿਆਦਾ ਸੈਲਫ ਸੈਂਟਰਿਕ ਨੇ। ਹੁਣ ਪ੍ਰਗਟ ਸਿੰਘ ਜਿਹੜੀ ਇਹ ਗੱਲ ਕਹਿ ਰਿਹਾ, ਪ੍ਰਗਟ ਸਿੰਘ ਬਹੁਤ ਵਧੀਆ ਬੰਦੇ ਨੇ, ਟੀਮ ਦੇ ਬੰਦੇ ਨੇ, ਪਾਰਟੀ ਦੇ ਬੰਦੇ ਨੇ, ਕਾਰਜਸ਼ੈਲੀ 'ਚ ਤਬਦੀਲੀ ਚਾਹੁੰਦੇ ਆ, ਟੀਮ ਵਰਕ ਦੇ ਹਾਮੀ ਨੇ। ਪਰ ਜਿਹੜਾ ਏਜੰਡਾ ਨਵਜੋਤ ਸਿੰਘ ਸਿੱਧੂ ਦਾ, ਉਹ ਏਜੰਡੇ ਨਾਲ ਉਹ ਉਸ ਤਰ੍ਹਾਂ ਖੜ ਕੇ ਲੜਦੇ ਨਹੀਂ ਰਹੇ। ਕੈਪਟਨ ਦੀ ਕਾਰਜਸ਼ੈਲੀ ਦੇ ਖਿਲਾਫ ਲੜੇ ਨੇ, ਉਹ ਬੋਲੇ ਨੇ, ਡਟ ਕੇ ਲੜੇ ਨੇ, ਇਸ ਪੱਖੋਂ ਸਟੈਂਡ ਲੈਂਦੇ ਨੇ, ਪਰ ਉਹ ਇਹ ਵਰਤਾਰੇ ਨੂੰ ਨਹੀਂ ਸਮਝ ਰਹੇ ਵੀ ਇਹ ਲੜਾਈ ਦਿੱਲੀ ਦੇ ਵਿੱਚ ਵਿਰੋਧੀ ਧਿਰ ਆ ਜਿਹੜੀ ਹਾਕਮ ਧਿਰ ਨੂੰ ਹਰਾਉਣ ਲਈ ਆ, ਇਹ ਲੜਾਈ ਸੂਬਿਆਂ ਦੀ ਸੱਤਾ ਬਦਲ ਲਈ ਨਹੀਂ ਹੈ। ਤੁਸੀਂ ਯਾਦ ਕਰੋ 1977 ਤੋਂ ਪਹਿਲਾਂ ਵੀ ਇਹੀ ਸੀ ਨਾ, ਇੰਦਰਾ ਇਜ ਇੰਡੀਆ, ਇੰਡੀਆ ਇਜ ਇੰਦਰਾ, ਬਿਲਕੁਲ ਸਾਰੇ ਇਕੱਠੇ ਹੋ ਗਏ ਸੀ ਜੀ, ਬਿਲਕੁਲ ਕਾਂਗਰਸ ਉਲਟਾਤੀ ਸੀ ਨਾ ਜੀ, ਕੀ ਉਦੋਂ ਪਾਰਟੀਆਂ ਇੱਕ ਦੂਜੇ 'ਚ ਮਰਜ ਹੋ ਗਈਆਂ ਸੀ ਸੂਬਿਆਂ 'ਚ? ਇਹਨਾਂ ਦੀ ਗਲਤ ਸੋਚ ਹੈ ਇਹ। ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਆ ਜਿਹਦੇ ਇਕੱਠੇ ਹੋਣਾ, ਉਹ ਮੋਦੀ ਦੇ ਖਿਲਾਫ ਆ, ਉਹਨੂੰ ਲਾਉਣ ਲਈ ਆ, ਉਹ ਤੇ ਲੜਾਈ ਲੜਨੀ ਆ, ਪੰਜਾਬ ਦੀ ਸੱਤਾ ਲਈ ਨਹੀਂ ਲੜਨੀ। ਇਹ ਕੁਝ ਸਮੇਂ ਲਈ ਸੀਜ ਫਾਇਰ ਹੋਊ ਜੇ ਆਪਾਂ ਇਹ ਕਹਿੰਦੇ ਆ। ਮੈਂ ਕਹਿੰਦਾ ਨਾ ਕਰਨ, ਹਾਈ ਕਮਾਂਡ ਜੋ ਸੋਚੇ, ਮੈਂ ਨਹੀਂ ਇਹ ਗੱਲ ਨਹੀਂ, ਪਰ ਸਮਝ ਦੇ ਪੱਧਰ ਤੇ ਪਹੁੰਚ ਗਲਤ ਆ। ਮੇਰੇ ਕਹਿਣ ਦਾ ਮਤਲਬ ਇਹ ਆ, ਇਹ ਪੰਜਾਬ ਦਾ ਵਰਤਾਰਾ ਵੀ ਦੇਖ ਲਓ ਤੁਸੀਂ, ਦੂਜੇ ਰਾਜਾਂ ਦਾ ਵੀ ਵਰਤਾਰਾ ਦੇਖ ਲਓ, ਉੱਥੇ ਏਜੰਡੇ ਹੋਰ ਨੇ, ਉੱਥੇ ਲੋਕ ਹੋਰ ਤਰ੍ਹਾਂ ਸੋਚ ਕੇ ਐਕਟ ਕਰਦੇ ਨੇ, ਜਦੋਂ ਪੰਜਾਬ ਦੀ ਸੱਤਾ ਉੱਥੇ ਹੋਰ ਤਰ੍ਹਾਂ। ਇਹ ਵਿਰੋਧੀ ਧਿਰੇ ਰਹਿਣਗੇ, ਪਰ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਲੋਕ ਸਭਾ ਦੀ ਚੋਣ ਦਾ ਬਰਤਾਂਤ ਮੁਲਕ 'ਚ ਬਰਤਾਂਤ ਆ ਜਿਹੜਾ ਉਹ ਤੈਅ ਕਰਦਾ। ਫਿਰ ਮੁਲਕ ਦੀ ਗੱਲ ਕਰੀਏ ਤਾਂ ਕਹਿੰਦੇ ਜੀ ਵਿਧਾਨ ਸਭਾ ਦੇ ਪਿੱਛੇ ਜਿਹੜੀਆਂ ਚੋਣਾਂ ਹੋਈਆਂ ਨੇ, ਆਮ ਆਦਮੀ ਪਾਰਟੀ ਜਿਹੜੀ ਨੋਟਾਂ ਤੋਂ ਵੀ ਘੱਟ ਵੋਟਾਂ ਲੈ ਕੇ ਗਈ ਹੈ, ਅਤੇ ਇਸ ਕਰਕੇ ਇਹਨਾਂ ਨਾਲ ਫਿਰ ਵੀ ਅਲਾਇੰਸ ਕਿਉਂ ਕੀਤਾ ਜਾਵੇ? ਦੇਖੋ ਜੀ, ਜਦੋਂ ਤੁਸੀਂ ਏਕਤਾ ਕਰਦੇ ਹੋ ਨਾ ਜੀ, ਕਿਸਾਨ ਅੰਦੋਲਨ ਕਿਵੇਂ ਸਫਲ ਹੋ ਗਿਆ, ਅਗਰਾਹਾਂ ਸਭ ਤੋਂ ਵੱਡੀ ਜਥੇਬੰਦੀ ਸੀ, ਉਹ ਅਲਾਇੰਸ 'ਚ ਨਹੀਂ ਆ ਰਹੀ ਸੀ। ਇਹਨਾਂ ਨੇ ਕੀ ਕੀਤਾ, ਸਾਰੀਆਂ ਇਕੱਠੀਆਂ ਕਰ ਲਈਆਂ, ਚਾਹੇ ਲੈਟਰ ਪੈਡ, ਚਾਹੇ ਇੱਕ ਟਰਾਲੀ ਵਾਲੀ ਆ, ਚਾਹੇ ਪੰਜ ਟਰਾਲੀ ਵਾਲੀ ਆ, ਆਖਰ 'ਚ ਕੀ ਹੋਇਆ,
ਅਗਰਾਹਾਂ ਨੂੰ ਇਹਨਾਂ ਨਾਲ ਆਉਣਾ ਪਿਆ ਨਾ ਜੀ ਸਾਰੇ ਕਾਸੇ ਚ। ਸੋ ਇਸ ਕਰਕੇ ਜਿਹੜੀ ਏਕਤਾ ਹੁੰਦੀ ਹੈ ਨਾ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ, ਤੁਸੀਂ ਪੰਜਾਬ ਤੋਂ ਨਹੀਂ ਤੈਅ ਕਰ ਸਕਦੇ ਅਸਲ ਵਿੱਚ ਇਹਨੂੰ, ਇਹ ਮੁਲਕ ਦੀ ਚੋਣ ਨੂੰ, ਇਹਨੂੰ ਤੁਸੀਂ ਮੁਲਕ ਦੇ ਏਜੰਡੇ ਤੋਂ। ਹੁਣ ਨਵਜੋਤ ਸਿੰਘ ਸਿੱਧੂ ਦੀ ਇਹੀ ਖਾਸੀਅਤ ਆ, ਉਹ ਆਪਦੀ ਸਿਆਸਤ ਪੰਜਾਬ ਤੋਂ ਤੈਅ ਕਰਦਾ ਵੀ ਪੰਜਾਬ ਦੀਆਂ ਲੋੜਾਂ ਕੀ ਨੇ। ਹੁਣ ਇਹ ਨਵਰਵਨੀਤ ਬਿੱਟੂ ਆ, ਉਹਨੂੰ ਤਾਂ MP ਦੀ ਟਿਕਟ ਚਾਹੀਦੀ ਆ। ਉਹਨੇ ਸਭ ਤੋਂ ਪਹਿਲਾਂ ਕਿਹਾ ਹਾਈ ਕਮਾਂਡ ਜਿਹੜੇ ਵਿਰੋਧ ਕਰਦੇ ਨੇ ਛੱਡ ਕੇ ਚਲੇ ਜਾਓ, ਜਿਹੜੇ MP ਨੇ ਸੱਤ ਉਹਨਾਂ ਨੂੰ ਆਇਆ ਵੀ ਗੱਠਜੋੜ ਹੋ ਜੂ, ਸੀਟ ਪੱਕੀ ਹੋ ਜੂ, ਉਹ ਵੀ ਇਹਦੀ ਹਮਾਇਤ ਕਰਦੇ ਨੇ। ਜਿਹੜੇ ਵਿਰੋਧੀ ਇਹ ਕਹਿੰਦੇ ਆ ਅਸੀਂ ਵਿਰੋਧੀ ਤੇਰਾ, ਚਲੋ ਪ੍ਰਗਟ ਸਿੰਘ ਦੱਸ ਦੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਿਰੋਧ ਕੀ ਕੀਤਾ ਉਹਨਾਂ ਨੇ ਹੁਣ ਤੱਕ, ਉਹਨਾਂ ਦੀਆਂ ਨੀਤੀਆਂ ਦਾ, ਪਾਲਸੀਆਂ ਦਾ, ਕਿਹੜੀਆਂ ਦਾ ਵਿਰੋਧ ਕੀਤਾ ਜੀ? ਕਿਉਂਕਿ ਕਾਂਗਰਸ ਵਾਲੀਆਂ ਨੀਤੀਆਂ ਲੈ ਕੇ ਚੱਲ ਰਿਹਾ, ਜਿੱਥੇ ਸਿੱਧੂ ਉਂਗਲ ਧਰ ਰਿਹਾ ਵੀ ਉਹੀ ਚੱਲ ਰਿਹਾ, 75-25 ਦੀ 80-20 ਹੋ ਗਿਆ। ਕਿਸੇ ਗੱਲ ਇਹ ਲੜਾਈ ਕਿਉਂ ਨਹੀਂ ਲੜ ਸਕਦੇ ਉਹਦੇ ਖਿਲਾਫ? 75-25 ਦਾ ਸਮਝ ਆਉਂਦਾ ਸੀਗਾ, 80-20 ਦੀ ਸਮਝਾ ਦਿਓ ਜਰਾ ਚੰਗੀ ਤਰ੍ਹਾਂ। 80-20 ਦਾ ਮਤਲਬ ਇਹ ਹੈ ਵੀ ਦਿੱਲੀ ਵਾਲਿਆਂ ਦਾ ਹਿੱਸਾ ਵੱਧ ਗਿਆ, ਪਹਿਲਾਂ ਤਾਂ ਇਕੱਲੇ ਪੰਜਾਬ ਵਾਲੇ ਆਪਸ ਦੇ ਵਿੱਚ ਵੰਡਦੇ ਸੀ, ਹੁਣ ਹਾਈ ਕਮਾਂਡ ਦਾ ਦਖਲ ਜ਼ਿਆਦਾ ਹੋ ਗਿਆ, ਇਸ ਕਰਕੇ ਉਹਨਾਂ ਨੇ 75 ਤੋਂ ਰੇਸ਼ੋ ਹਾਕਮ ਧਿਰ ਨੇ 80 ਕਰ ਲਈ, ਜੋ ਮੈਂ ਸਮਝਿਆ ਵੀ ਜਿਹੜੇ ਵਿਰੋਧੀ ਨੇ ਬਹੁਤ ਖੁੰਡੇ ਲਾਈਨ ਲੱਗ ਗਏ, ਮਤਲਬ ਇਸ ਕਰਕੇ ਉਹਨਾਂ ਦਾ ਹਿੱਸਾ ਘੱਟ ਗਿਆ, ਮਤਲਬ ਇਹਨੂੰ ਤਾਂ ਮੈਂ ਤਾਂ ਇਹੀ ਸਮਝਦਾ। ਸੋ ਇਸ ਕਰਕੇ ਦੇਖੋ, ਨਵਜੋਤ ਸਿੰਘ ਸਿੱਧੂ ਹਾਰਿਆ ਸੀ, ਉਹ ਮੈਦਾਨ 'ਚ ਨਿਕਲਿਆ ਸੜਕ 'ਤੇ, 20 ਦਿਨਾਂ ਦੇ ਵਿੱਚ ਆਮ ਸਰਕਾਰ ਜਾਮ ਕਰਕੇ ਰੱਖਤੀ, ਸੱਦਾ ਦੇਣਾ ਪਿਆ ਨਾ ਗੱਲਬਾਤ ਦਾ, ਅਤੇ ਉਦੋਂ ਤਾਂ ਉਹਨੂੰ ਕਿਹਾ ਨਹੀਂ ਵੱਖਰਾ ਖੜਾ ਕਿਉਂ ਲਾਉਣਾ, ਅਤੇ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਉਹਦੇ ਕੋਲ ਕਿਹੜਾ ਕੋਈ ਅਹੁਦਾ, ਮੈਂ ਉਹਦੇ ਕਿਸੇ ਸਵਾਲ ਦਾ ਕਿਉਂ ਜਵਾਬ ਦੇਵਾਂ, ਅਤੇ ਉਦੋਂ ਕੀ ਉਹਦੇ ਕੋਲ ਕੋਈ ਅਹੁਦਾ ਸੀ ਜਦੋਂ ਗੱਲਬਾਤ ਲਈ ਬੁਲਾਇਆ ਸੀ? ਤੂੰ ਤਾਂ ਕਹਿੰਦਾ ਸੀ ਮੈਂ ਆਮ ਆਦਮੀ ਨੂੰ ਸਵਾਲ ਕਰਨ ਲਾ ਤਾ, ਮੰਤਰੀਆਂ, ਪ੍ਰਧਾਨ ਮੰਤਰੀਆਂ, MLA ਅਤੇ ਵਿਧਾਇਕਾਂ ਨੂੰ ਸਿੱਧੂ ਦੇ ਸਵਾਲ ਲੱਗੇ ਤਾਂ ਮੈਂ ਕੀ, ਮਤਲਬ ਇਹ ਹੈ ਵੀ ਜੋ ਗੱਲ ਤੁਹਾਨੂੰ ਰਾਸ ਪੈਂਦੀ ਹੈ ਉਹਦੀ ਪੈਂਤੜਾ ਬਦਲ ਜਾਓ। ਹੁਣ ਮੈਂ ਕਿਹਾ ਵੀ ਸਿੱਧੂ ਨੂੰ ਪੰਜਾਬ ਪਹਿਲਾਂ ਸੀ, ਵਖਰੇਵਾਂ ਆ ਗਿਆ, ਹੁਣ ਉਹਦੇ ਲਈ ਮੁਲਕ ਪਹਿਲਾਂ। ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਨਾ ਵੱਡੀ ਧਿਰ, ਪਹਿਲਾਂ ਰੌਲਾ ਇਹੀ ਸੀ ਵੀ ਕਾਂਗਰਸ ਦੀ ਅਗਵਾਈ 'ਚ ਲੈਂਸ, ਕੇਜਰੀਵਾਲ ਆਪਦੇ ਆਪ ਨੂੰ ਮੋਦੀ ਦਾ ਬਦਲ ਮੰਨਦਾ ਸੀ, ਪੰਜਾਬ ਦਾ ਖਜ਼ਾਨਾ ਲਟਾ ਤਾ ਉਹਨੇ ਮੁਲਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪ੍ਰਚਾਰਨ ਲਈ, ਪ੍ਰਸਾਰਨ ਲਈ, ਨਤੀਜਾ ਨਿਕਲਿਆ ਸਾਹਮਣੇ ਨਾ ਜੀ। ਆ ਹੁਣ ਉਹ ਜਿਵੇਂ ਕਹਿੰਦੇ ਲੌਟ ਕੇ ਬੁੱਧੂ ਘਰ ਕੋ ਆਏ, ਹੁਣ ਖੜਗੇ ਦਾ ਨਾਮ, ਖੜਗੇ ਦਾ ਨਾਮ ਵੀ ਉਹ ਵੀ ਇੱਕ ਸਿਆਸੀ ਚਾਲ ਆ ਵੀ ਕਾਂਗਰਸ ਦੇ ਵਿੱਚ ਜਿਹੜਾ ਇਹ ਪ੍ਰਭਾਵ ਆ ਰਾਹੁਲ ਗਾਂਧੀ ਨੇ ਚਾਹੇ ਕਹਿਤਾ, ਪਰ ਇੱਕ ਵਿਚਾਰਧਾਰਕ ਸਿਆਸੀ ਪਰਿਪੱਕ ਆਗੂ ਦੇ ਤੌਰ 'ਤੇ ਤਾਂ ਉਹ ਉੱਭਰਿਆ ਨਾ ਜੀ, ਪੱਪੂ ਤਾਂ ਪਾਸ ਹੋ ਗਿਆ ਨਾ ਜੀ ਹੁਣ। ਸੋ ਇਸ ਕਰਕੇ ਇਹਦੇ ਵਿੱਚ ਉਹਨਾਂ ਦੇ ਕਈ ਗੱਲਾਂ ਨੇ ਜਿਹਦੇ ਕਰਕੇ ਪ੍ਰੋਬਲਮਾਂ ਵੀ ਆਉਂਦੀਆਂ ਨੇ, ਮਤਲਬ ਜਿਵੇਂ ਸਾਹਮਣਾ ਦੇ ਵਿੱਚ ਲੇਖ ਲਿਖਤਾ ਉਹਨਾਂ ਨੇ ਵੀ ਕਾਂਗਰਸ ਇਕੱਲੀ ਫਲ ਖਾਣਾ ਚਾਹੁੰਦੀ ਹੈ ਇੰਡੀਆ ਗੱਠਜੋੜ ਦਾ, ਅਗਲੇ ਚੁੱਪ ਕਰ ਗਿਆ। ਹੁਣ ਜਿਹੜਾ ਰਾਜਾਂ 'ਚ ਗੱਲ ਤੁਸੀਂ ਸਵਾਲ ਕੀਤਾ, ਬਿਲਕੁਲ ਉਹ ਗਲਤ ਹੋ, ਉਹ ਹੋਇਆ ਕਿਉਂ ਆ? ਹੋਇਆ ਇਹ ਹੈ ਵੀ ਸਾਰਿਆਂ ਦੇ ਦਾਅਵੇ ਵੱਡੇ ਸੀ, ਇੱਕ ਦੇ ਮੁਕਾਬਲੇ ਇੱਕ ਉਮੀਦਵਾਰ, ਇਹ ਕਹਿੰਦਾ ਸੀ ਸਾਰੇ ਮੁਲਕ 'ਚੋਂ ਮੈਂ ਹਿੱਸਾ ਲਊਂ, ਕੇਜਰੀਵਾਲ ਕਹਿੰਦਾ ਸੀ, ਅਖਿਲੇਸ਼ ਕਹਿੰਦਾ ਸੀ ਮੈਂ ਇੱਥੋਂ ਲਊਂ, ਉਹ ਗੱਲ ਬਣੀ ਨਹੀਂ ਇੱਕ ਦੇ ਖਿਲਾਫ ਇੱਕ ਵਾਲੀ, ਉਹਦੇ ਵਿੱਚ ਸਾਰਿਆਂ ਨੇ ਇੱਕ ਖੁੱਲ੍ਹੀ ਖੇਡ ਕਰਕੇ ਦੇਖ ਲਈ, ਨੁਕਸਾਨ ਹੋਇਆ ਇਹਨਾਂ ਨੂੰ। ਕੀ ਫਰਕ ਪੈਂਦਾ ਸੀ ਜੇ ਮੱਧ ਪ੍ਰਦੇਸ਼ ਦੇ ਵਿੱਚ 5 ਸੀਟਾਂ ਦੇ ਦਿੰਦੇ ਅਖਿਲੇਸ਼ ਨੂੰ, ਤੁਸੀਂ ਉਹਦਾ ਮਖੌਲ ਉਡਾਉਂਦੇ ਹੋ? ਇਹ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਸੀ, ਪਰ ਕੁੱਲ ਮਿਲਾ ਕੇ ਇੱਕ ਗੱਲ ਤਾਂ ਉੱਭਰੇ ਆਈ ਨਾ, ਮੋਦੀ ਦਾ ਜਿਹੜਾ ਹਿੰਦੂ ਤਬਾ, ਦੱਖਣ ਨੇ ਉਹਨੂੰ ਨਾ ਕਰਤੀ ਵੀ ਸਾਨੂੰ ਇਹ ਪ੍ਰਵਾਨ ਨਹੀਂ, ਹਾਲਾਂਕਿ ਉਹ ਹਿੰਦੂ ਨੇ। ਹੁਣ ਇਹ ਨਵਾਂ ਹਿੰਦੂ ਤਬਾ ਉਸਾਰ ਰਿਹਾ ਮੁਸਲਿਮ ਵਿਰੋਧੀ, ਬਾਬਰੀ ਢਾਹ ਕੇ ਅਯੁੱਧਿਆ, ਰਾਮ ਮੰਦਿਰ, ਅਤੇ ਹੁਣ 24 ਨੂੰ ਉੱਥੇ ਸਾਰਾ ਜਾਣੀ ਨੌਰਥ ਗਊ ਬੈਲਟ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਹਿੰਦੂ ਤਬਾ ਹੋਰ ਹੈ, ਐਂਟੀ ਮੁਸਲਿਮ ਆ। ਹਿੰਦੂ ਮੰਦਿਰ ਤਾਂ ਵੱਡੇ ਦੱਖਣ 'ਚ ਨੇ, ਵੱਡਾ ਸਾਰਾ ਕੁਛ ਉੱਥੇ, ਉਹਨਾਂ ਦਾ ਹਿੰਦੂ ਤਬ ਹੋਰ ਆ, ਸਨਾਤਨੀ ਹਿੰਦੂਵਾਦ ਆ ਜਿਹੜਾ ਉਹ ਇਹਨੂੰ ਨਹੀਂ ਮੰਨ, ਜਾਣੀ ਕਿ ਜੇ ਇੱਕ ਵਿਰੋਧ ਤਾਂ ਹੀ ਮਿਟਦੀ ਹੈ, ਖੜੀ ਵੀ ਹੋ ਜਾਂਦੀ ਹੈ ਨਾ ਜੀ। ਹੁਣ ਦੱਖਣ ਇੱਕ ਪਾਸੇ, ਆਪਣਾ ਉੱਤਰ ਪੂਰਬ ਇੱਕ ਪਾਸੇ, ਕਸ਼ਮੀਰ ਇੱਕ ਪਾਸੇ, ਪੰਜਾਬ ਇੱਕ ਪਾਸੇ, ਅਤੇ ਇਹ ਹੁਣ ਜਿਵੇਂ ਅਨੰਦਪੁਰ ਦੇ ਮਤੇ ਵੇਲੇ ਇਕੱਲੇ ਪੰਜਾਬ ਨੂੰ ਨਖੇੜ ਲਿਆ ਸੀ,
ਹੁਣ ਨਖੇੜ ਨਹੀਂ ਨਾ ਸਕਦੇ। ਦੱਖਣ ਵਾਲਿਆਂ ਨੇ ਤਾਂ ਤਿੰਨ ਰਾਜਾਂ ਨੇ ਇਹਨਾਂ ਦੀ ਸਿੱਖਿਆ ਨੀਤੀ ਉਹ ਰੱਦ ਕਰਤੀ, ਸਾਡੇ ਇਤਿਹਾਸ ਨੂੰ ਸੱਭਿਆਚਾਰ ਨੂੰ ਬੋਲੀ ਨੂੰ ਤਬਾਹ ਕਰਨ ਵਾਲੀ ਆ ਅਸੀਂ ਰੱਦ ਕਰਤੀ। ਹਲੇ ਪੰਜਾਬ ਵਾਲੇ ਚੁੱਪ ਨੇ ਇਹਦੇ ਬਾਰੇ, ਇਹ ਪਤਾ ਨਹੀਂ ਸਿੱਖਿਆ ਇਨਕਲਾਬ ਕਿੱਥੋਂ ਲਿਆਉਣਗੇ। ਨੀਤੀ ਮੋਦੀ ਵਾਲੀ ਲਾਗੂ ਹੋਊ ਪੰਜਾਬ ਦੇ ਵਿੱਚ ਸਿੱਖਿਆ ਦਾ ਇਨਕਲਾਬ ਕਿਵੇਂ ਆ ਜਾਊ ਜੀ? ਪਹਿਲੀ ਗੱਲ ਤਾਂ ਇਹ ਆ। ਇਸ ਕਰਕੇ ਆਪਾਂ ਆਪਣੀ ਗੱਲ ਤੇ ਆਈਏ। ਕਾਂਗਰਸ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ ਉਹਨਾਂ ਦੇ ਤਰਕ ਗਲਤ ਨੇ, ਨਜ਼ਰੀਆ ਗਲਤ ਆ। ਜਿਹੜਾ ਉਹ ਆ ਨਾ ਜੀ ਇੱਕੋ ਤਰ੍ਹਾਂ ਦੇਖਣਾ ਸਾਰੇ ਮੁਲਕ ਨੂੰ, ਇਹ ਇਹਨਾਂ ਦਾ ਨਜ਼ਰੀਆ ਗਲਤ ਆ। ਪਰ ਇੱਕ ਸੈਕਸ਼ਨ ਆਫ ਪੀਪਲ ਜਾਂ ਇੱਕ ਸੈਕਸ਼ਨ ਆਫ ਬੁੱਧੀਜੀਵੀ ਨੇ, ਉਹਨਾਂ ਨੂੰ ਇੱਦਾਂ ਲੱਗਦਾ ਹੈ ਕਿ ਹਾਕਮ ਧਿਰ ਇੱਥੇ, ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ, ਪਿੱਛੇ ਜਿਹੜੀਆਂ ਬਾਈ ਇਲੈਕਸ਼ਨਸ ਵੀ ਹੋਈਆਂ ਨੇ, ਚਾਹੇ ਜਲੰਧਰ ਦੀ ਹੋਈ ਹੈ, ਜਿਵੇਂ ਵੀ ਉਹ ਵੀ ਚਾਹੇ ਉਹ ਫਿਰ ਕਿਹਾ ਵੀ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਉਧਾਰ ਦਾ ਲਿਆ ਉਹਨਾਂ ਨੇ, ਕਾਂਗਰਸ ਵਿੱਚੋਂ ਲਿਆ, ਐਮ ਪੀ ਜਿਹੜਾ ਜਿੱਤਿਆ ਉਹ ਗੱਲ ਉਹਨਾਂ ਨੇ ਕਹੀ ਨਵਜੋਤ ਸਿੰਘ ਸਿੱਧੂ ਨੇ। ਉਸ ਦੇ ਬਾਵਜੂਦ ਜੇ ਸਾਰਾ ਸਾਰਾ ਸਿਨੈਰੀਓ ਜਿਸ ਤਰੀਕੇ ਨਾਲ ਦੇਖੀਏ, ਜੇ ਹਾਕਮ ਧਿਰ ਹੈਗੀ, ਕਿਹਾ ਜਾਂਦਾ ਹੈ ਕਿ ਹਾਕਮ ਧਿਰ ਹੈ ਜਿਹੜੀ ਉਹ ਚੰਗੀ ਤਰ੍ਹਾਂ ਵੋਟਾਂ ਭੁਗਤਾ ਸਕਦੀ ਹੈ, ਜਾਂ ਇੱਕ ਇੱਕ ਉਹ ਮਤਲਬ ਇੱਕ ਇਨਫਲੂਐਂਸ ਰਹਿੰਦਾ ਹੀ ਹੈ, ਚਾਹੇ ਉਹਨੂੰ ਤੁਸੀਂ ਮਤਲਬ ਕਿ ਪ੍ਰਤੱਖ ਕਹਿ ਲਓ, ਅਪ੍ਰਤੱਖ ਕਹਿ ਲਓ, ਪ੍ਰਤੱਖ ਅਪ੍ਰਤੱਖ ਕਿਵੇਂ ਦਾ ਵੀ ਕਹਿ ਲਓ, ਉਹ ਜੀ ਇਸ ਤਰੀਕੇ ਦੇ ਕਹਿੰਦੇ ਜੇ ਉਹਨਾਂ ਨਾਲ ਗੱਠਜੋੜ ਕਰਕੇ ਨਾ ਲੜੀ ਕਾਂਗਰਸ ਤਾਂ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਆਉਣੀ। ਦੇਖੋ ਇਹ ਤਾਂ ਅੰਦਾਜ਼ੇ ਨੇ, ਇਹਨਾਂ ਤੇ ਬਖਰੇਵੇਂ ਹੋ ਸਕਦੇ ਆ। ਜਿਮਨੀ ਚੋਣ ਦਾ ਗੱਲ ਹੋਰ ਹੁੰਦੀ ਆ, ਜਦੋਂ ਜਨਰਲ ਚੋਣ ਹੋਵੇ ਉਦੋਂ ਗੱਲ ਹੋਰ ਹੁੰਦੀ ਆ। ਉਹਦਾ ਵਰਤਾਂਤ ਫਿਰ ਸਮੂਹ ਬਣਦਾ। ਜਿਮਨੀ ਚੋਣ ਸੰਗਰੂਰ ਹਾਰੇ ਨਹੀਂ ਜੀ ਇਹ, ਕਿਉਂਕਿ ਇਹਨਾਂ ਨੇ ਕੁਛ ਕੀਤਾ ਨਹੀਂ ਦੋ ਨੰਬਰ ਦਾ ਕੰਮ, ਜਲੰਧਰ ਫੱਟੇ ਚੱਕ ਤੇ ਸਾਰੇ ਤਰੀਕੇ ਵਰਤੇ ਜਿਵੇਂ ਦੂਜੇ ਵਰਤੇ ਹੁੰਦੇ ਨੇ, ਜਿੱਤ ਗਏ। ਪਰ ਮੈਂ ਫਿਰ ਇਹੀ ਕਹਿਣਾ ਵੀ ਇਹ ਲੜਾਈ ਪੰਜਾਬੀ ਸਿਆਸਤ, ਪੰਜਾਬ ਦੀ ਸਿਆਸਤ ਲਈ ਨਹੀਂ ਹੈ। ਪੰਚਾਇਤੀ ਚੋਣਾਂ ਆ ਰਹੀਆਂ, ਕਾਰਪੋਰੇਸ਼ਨ ਆ ਰਹੀਆਂ, ਪਰਿਸ਼ਦ ਦੀਆਂ ਆ ਰਹੀਆਂ, ਉਹ ਜਿਹੜਾ ਸਾਡਾ ਨਿਚਲਾ ਥਰਡ ਟੀਅਰ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਬੇਸਿਕ, ਉਹ ਵੀ ਤਾਂ ਕਿਤੇ ਨਾ ਕਿਤੇ ਉੱਭਰਦਾ ਉੱਪਰ ਆ ਕੇ ਚੋਣਾਂ, ਵੋਟਰ ਤਾਂ ਉਹੀ ਹੁੰਦੇ ਨੇ ਸਥਾਨਕ ਸਰਕਾਰਾਂ ਦੀ ਚੋਣਾਂ ਵਿੱਚ। ਹੁਣ ਇਹਨਾਂ ਨੇ ਕਰਤਾ ਪਾਰਟੀ ਉਮੀਦਵਾਰ ਵਜੋਂ ਚੋਣਾਂ ਨਹੀਂ ਲੜੀਆਂ ਜਾਂਦੀਆਂ, ਪਾਰਟੀਆਂ ਨੇ ਦਖਲ ਦੇਤਾ ਉਹਨਾਂ 'ਚ। ਬਿਲਕੁਲ, ਹੁਣ ਪਿੰਡ ਦਾ ਸਰਪੰਚ ਨਹੀਂ ਚੁਣਿਆ ਜਾਂਦਾ, ਕਾਂਗਰਸ ਦਾ, ਜਨਤਾ ਪਾਰਟੀ ਦਾ, ਜਿਹੜਾ ਮਰਜ਼ੀ ਨਾਲ ਉਹ ਚੁਣਿਆ ਜਾਂਦਾ। ਇਹ ਸਿਆਸੀ ਪਾਰਟੀਆਂ ਦੀ ਗਲਤ ਦਖਲ ਅੰਦਾਜ਼ੀ ਆ। ਲੋਕਾਂ ਨੂੰ ਆਪਦੇ ਪਿੰਡ ਦਾ ਆਪ ਚੁਣਨਾ ਚਾਹੀਦਾ, ਚਾਹੇ ਵੋਟਾਂ ਪੈਣ, ਚਾਹੇ ਸਰਬਸੰਮਤੀ ਹੋ ਜਾਵੇ। ਇਹ ਜਿਹੜੀ ਕਹਿੰਦੇ ਨੇ ਜਿਹੜਾ ਪਿੰਡ ਸਰਬਸੰਮਤੀ ਕਰੂ 5 ਲੱਖ ਦੇਵਾਂਗੇ, ਇਹਨਾਂ ਨੂੰ ਮਤਲਬ ਹੈ ਜਿਹੜਾ ਪਿੰਡ ਸਾਡਾ ਸਰਪੰਚ ਸੁਣੂ। ਨਹੀਂ ਫਿਰ ਇਹੀ ਆਣਗੇ ਨਾ ਜੀ ਲੋਕ ਸਭਾ ਤੱਕ, ਵੋਟਰ ਤਾਂ ਇਹੀ ਹੋਣਗੇ। ਨਹੀਂ ਲੜਾਈ ਆ ਨਾ ਜੀ ਫਿਰ, ਦੇਖੋ ਉਹੀ ਵੋਟਰ ਮੈਂ ਤੁਹਾਨੂੰ ਦੱਸਾਂ, ਪੰਚਾਇਤ 'ਚ ਹੋਰ ਤਰ੍ਹਾਂ ਬੋਲਦਾ ਉਹ, ਜ਼ਿਲ੍ਹਾ ਪ੍ਰੀਸ਼ਦ 'ਚ ਹੋਰ ਤਰ੍ਹਾਂ ਬੋਲਦਾ, ਵਿਧਾਨ ਸਭਾ 'ਚ ਹੋਰ ਤਰ੍ਹਾਂ ਬੋਲਦਾ, ਲੋਕ ਸਭਾ 'ਚ ਹੋਰ ਤਰ੍ਹਾਂ ਬੋਲਦਾ। ਇਸ ਕਰਕੇ ਜਿਹੜਾ ਵਰਤਾਂਤ ਹੁੰਦਾ ਲੋਕਾਂ ਨੇ ਉਹਨੂੰ ਹੰਗਾਰਾ ਦੇਣਾ। ਇਹ ਪਹਿਲੀ ਵਾਰ ਹੋ ਰਿਹਾ ਬਿੰਦੂ ਜੀ ਕਿ ਮੁਲਕ ਇਕੱਠਾ ਹੋ ਰਿਹਾ ਮੋਦੀ ਦੇ ਖਿਲਾਫ, ਤੇ ਪੰਜਾਬ ਕਿਸੇ ਪਾਸੇ ਵੀ ਹੈ ਨਹੀਂ, ਨਾ ਇੱਧਰ ਨਾ ਉੱਧਰ। ਖਾਸ ਕਰਕੇ ਜੇ ਤੁਸੀਂ ਅਕਾਲੀ ਦਲ ਦੀ ਗੱਲ ਲੈ ਲਓ, ਅਕਾਲੀ ਦਲ ਦਾ ਹਾਲ ਤਾਂ ਇਹ ਆ, ਉਹ ਪੰਜਾਬੀ ਦਾ ਮੁਹਾਵਰਾ ਨਾ ਵੀ ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਬਣਾਉਣ ਨੂੰ, ਉਹ ਕਹਿੰਦਾ ਘੱਟ ਨਾ ਤੋਲੇ, ਉਹ ਕਹਿੰਦਾ ਹੱਟੀ ਨਾ ਚੜੀ। ਆਹ ਲੋਕ ਸਭਾ 'ਚ ਤੁਸੀਂ ਦੇਖਿਆ ਨਾ ਜੀ, ਬੀਬੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਉਠਾਇਆ ਬੰਦੀ ਸਿੰਘਾਂ ਦਾ, ਤੇ ਅਮਿਤ ਸ਼ਾਹ ਨੇ ਜਿੰਨੇ ਮਤਲਬ ਜ਼ਬਰਦਸਤ ਉਹਦਾ ਵਿਰੋਧ ਕੀਤਾ, ਕਹਿੰਦਾ ਜੇ ਮੈਂ ਇੱਥੇ ਹੁੰਦਾ ਮੈਂ ਬੋਲਣ ਨਹੀਂ ਦਿੰਦਾ ਸੀ ਜੋ ਹਰਸਿਮਰਤ ਬੋਲੀ ਆ ਬਿਨਾਂ ਨਾਂ ਲਏ, ਮੈਂ ਕਾਰਵਾਈ ਦਾ ਹਿੱਸਾ ਨਹੀਂ ਬਣਨ ਦਿੰਦਾ ਸੀ। ਹੁਣ ਤੁਸੀਂ ਅੱਤਵਾਦੀਆਂ ਪ੍ਰਤੀ ਇਹੋ ਜਿਹੇ ਸ਼ਬਦ ਵਰਤੋਗੇ? ਅਸੀਂ ਕਾਨੂੰਨ ਦੇ ਵਿੱਚ ਅੱਤਵਾਦੀ ਸ਼ਬਦ ਪਾਤਾ, ਅਸੀਂ ਹੁਣ ਉਹਨਾਂ ਦਾ ਜੇਲ੍ਹਾਂ 'ਚੋਂ ਬਾਹਰ ਆਉਣਾ ਬੰਦ ਕਰਤਾ। ਹੁਣ ਕਿਉਂ ਹੋਇਆ ਇਹਨਾਂ ਨਾਲ? ਉਸੇ ਲੋਕ ਸਭਾ 'ਚ ਜਦੋਂ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬਈ ਅਸੀਂ ਇਹਨਾਂ ਨੂੰ ਛੱਡ ਰਹੇ ਹਾਂ, ਰਾਜੋਆਣੇ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਜਾਊ, ਫਿਰ ਅਗਲੇ ਸਟੈਪ ਲੈ ਜਾਣਗੇ। ਇਹ ਬਿੱਟੂ ਤੇ ਬਿੱਟੇ ਨੇ ਜਿਹੜਾ ਉੱਥੇ ਕਲੇਸ਼ ਕੀਤਾ, ਫਿਰ ਅੰਦਰ ਤੇ ਬਾਹਰ ਉਹਨਾਂ ਨੂੰ ਲੱਗਿਆ ਅਕਾਲੀ ਦਲ ਨਾਲ ਗੱਲ ਕਰਕੇ, ਉੱਥੇ ਉਹਨੇ ਕਿਹਾ ਕਿਸੇ ਦੀ ਕੋਈ ਸਜ਼ਾ ਨਹੀਂ ਘੱਟ ਕੀਤੀ, ਉਦੋਂ ਕਿਉਂ ਨਾ ਬੋਲੇ? ਉਦੋਂ ਬੋਲਦੇ ਨਾ ਜੀ,
ਹੁਣ 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 ਇਹਨੂੰ ਤੁਸੀਂ ਮੁੱਦਾ ਬਣਾ ਰਹੇ ਹੋ। ਉਹਨਾਂ ਨੂੰ ਪਤਾ ਵੀ ਬੰਦੀ ਸਿੰਘਾਂ ਬਾਰੇ ਇਹਨਾਂ ਦੀ ਹੁਣ ਤੱਕ ਕੀ ਪਹੁੰਚ ਰਹੀ ਆ, ਹੁਣ ਤੱਕ ਉਹਨਾਂ ਨੂੰ ਅੱਤਵਾਦੀ ਕਹਿੰਦੇ ਰਿਹਾ, ਜੇ ਪੰਜਾਬ ਦੀ ਜੇਲ੍ਹ 'ਚ ਉਹਨੂੰ ਭੇਜਣ ਦੀ ਕੋਈ ਗੱਲ ਸੀ ਲਿਖ ਕੇ ਦਿੰਦੇ ਸੀ, ਜਿਵੇਂ ਹੁਣ ਭਗਵੰਤ ਮਾਨ ਨੇ ਕਲਸੀ ਬਾਰੇ ਲਿਖ ਕੇ ਦਿੱਤਾ, ਜੇ ਕਲਸੀ ਪੰਜਾਬ ਦੀ ਜੇਲ੍ਹ 'ਚ ਆ ਗਿਆ ਅਮਨ ਕਾਨੂੰਨ ਨੂੰ ਖਤਰਾ ਹੋਜੂ, ਇਹ ਦਵਿੰਦਰਪਾਲ ਭਲੂਰਾਂ ਬਾਰੇ ਇਹ ਵੀ ਇਹੀ ਲਿਖ ਕੇ ਦਿੰਦੇ ਰਹੇ ਨੇ। ਸੋ ਆਪਾਂ ਆਪਣੀ ਗੱਲ 'ਤੇ ਆਈਏ ਵੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਨਜ਼ਰੀਆ ਉਹਦੇ ਨਾਲ ਤੁਹਾਡੇ ਮਤਭੇਦ ਹੋ ਸਕਦੇ ਆ ਮੁਲਕ ਬਾਰੇ ਅਤੇ ਪੰਜਾਬ ਬਾਰੇ। ਪੰਜਾਬ 'ਚ ਤਾਂ ਇਹ ਮੁਹਾਵਰਾ ਪਹਿਲਾਂ ਚੱਲਦਾ ਸੀ, ਪੰਥ ਬਸੇ ਮੈਂ ਉੱਜੜਾਂ ਮਨ ਚੌਕ ਹਨੇਰਾ, ਪੰਥ ਪਹਿਲਾਂ ਅਗਲਾ ਕਹਿੰਦਾ ਸੀ, ਧਰਮ ਨਾਲ ਧੜੇ ਨਾਲੋਂ ਧਰਮ ਪਿਆਰਾ, ਹੁਣ ਉਲਟਾ ਹੋ ਗਿਆ, ਇਕੱਲਾ ਹੈ ਨਹੀਂ ਏਕਤਾ ਅਤੇ ਅਨੇਕਤਾ ਉਲਟੀ ਹੋ ਗਈ, ਇੱਥੇ ਵੀ ਉਲਟੀ ਹੋ ਗਈ। ਹੁਣ ਤਾਂ ਕਹਿੰਦੇ ਨੇ ਸਰਬੱਤ ਦਾ ਭਲਾ, ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਕਹਿੰਦੇ ਮੇਰੇ ਤੋਂ ਕਰੀ, ਇਸ ਹੱਦ ਤੱਕ ਸੈਲਫ ਸੈਂਟਰਿਕ ਹੋ ਗਏ। ਸੋ ਇਹ ਜਿਹੜੀ ਮਤਭੇਦ ਨੇ, ਇੱਕ ਨਾ ਸ਼ਾਇਦ ਸੁਰਜੀਤ ਪਾਤਰ ਦੀ ਗਜ਼ਲ ਆ, ਉਹ ਕਹਿੰਦਾ ਇਹ ਜੋ ਰੰਗਾਂ 'ਚ ਚਿੱਤਰੇ ਨੇ ਮਿਟ ਜਾਣਗੇ, ਇਹ ਜੋ ਮਰਮਰ ਚੁੱਕਰੇ ਨੇ ਖੁਰ ਜਾਣਗੇ, ਬਲਦੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ। ਨਵਜੋਤ ਸਿੰਘ ਸਿੱਧੂ ਨੇ ਜਿਹੜੇ ਹਰਫ ਹਵਾ 'ਚ ਲਿਖਤੇ ਨਾ, ਇਹ ਮਿਟਣੇ ਨਹੀਂ। ਲਾਂਘੇ ਵੇਲੇ ਮੋਦੀ ਸਰਕਾਰ ਨੇ ਮਿਟਾਉਣ ਦੀ ਕੋਸ਼ਿਸ਼ ਕੀਤੀ, ਜਿਵੇਂ ਕਹਿੰਦੇ ਇੱਕ ਚੰਗਿਆੜੀ ਜੰਗਲ ਨੂੰ ਅੱਗ ਲਾ ਦਿੰਦੀ ਆ। ਜੋ ਹਾਲਤ ਆ ਪੰਜਾਬ ਦੀ ਨਾ, ਜਿਵੇਂ ਪਾਸ਼ ਕਹਿੰਦਾ ਸੀ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ, ਇਹ ਸੁਪਨੇ ਮਰੇ ਹੋਏ ਨੇ ਪੰਜਾਬ ਜੀ। ਪੰਜਾਬ ਬਰੋਲਿਆਂ ਦੇ ਚੱਕਰ ਚ ਉਲਝਿਆ ਹੋਇਆ, ਇੱਥੇ ਇੱਕ ਵਰਤਾਂਤ ਸਿਰਜਣਾ ਪੈਣਾ, ਸਥਾਈ ਵਰਤਾਂਤ ਸਿਰਜਣਾ ਪੈਣਾ, ਜਿਹਦੇ ਨਾਲ ਪੰਜਾਬ ਅੱਗੇ ਵੱਧ ਸਕੇ ਅਤੇ ਮੁਲਕ ਅੱਗੇ ਵੱਧ ਸਕੇ। ਮਹਿਰਾਜ ਰੈਲੀ ਕੀ ਆ ਜੀ, ਹੁਣ ਇਹ ਕਹਿੰਦੇ ਨੇ ਆਪਣੇ ਬਾਜਵਾ ਸਾਹਿਬ ਵੀ ਵੱਖਰਾ ਅਖਾੜਾ ਨਾ ਲਾਓ, ਨਵਾਂ ਅਖਾੜਾ ਲਾਓ, ਤੁਸੀਂ ਹਾਈ ਕਮਾਂਡ ਦੇ ਖਿਲਾਫ ਅਖਾੜਾ ਆਪਦਾ ਲਾ ਲਓ, ਉਹ ਤੁਹਾਡੀ ਜਮਹੂਰੀਅਤ ਆ, ਅੰਦਰੂਨੀ ਪਾਰਟੀ ਜਮਹੂਰੀਅਤ ਆ, ਉਹ ਸਾਨੂੰ ਕਰਨ ਦੀ ਖੁੱਲ੍ਹਾ। ਜੇ ਉੱਥੇ ਉਹ ਬੋਲਿਆ, ਉਹਨੇ ਹਾਈਕਮਾਂਡ ਦੀ ਗੱਲ ਕੀਤੀ, ਹਾਈਕਮਾਂਡ ਦੇ ਏਜੰਡੇ ਦੀ ਗੱਲ ਕੀਤੀ, ਬਾਕੀ ਵਿਰੋਧ ਦੀ ਗੱਲ ਕੀਤੀ, ਸਾਰਾ ਉਹਨੇ ਪਰਖ 'ਚ ਉਡਾਤੇ ਭਗਵੰਤ ਮਾਨ ਸਰਕਾਰ ਦੇ, ਜਿਹੜੇ ਪਾਸੇ ਤੁਰਨ ਨੂੰ ਤਿਆਰ ਨਹੀਂ, ਕਿਉਂਕਿ ਉਹਨਾਂ ਰਾਹਾਂ ਦੇ ਰਾਹੀ ਰਹੇ ਨੇ ਸਾਰੇ ਕਾਸੇ ਦੀ। ਹਾਂ, ਉਹਨੇ ਕਾਂਗਰਸ ਦਾ ਭਾਰ ਆਪਦੇ ਮੋਢਿਆਂ 'ਤੇ ਨਹੀਂ ਚੱਕਿਆ, ਉਹਨੇ ਕਿਹਾ ਹੁਣ ਤੱਕ ਮੁੱਖ ਮੰਤਰੀ ਜਿੱਤਦੇ ਰਹੇ ਨੇ, ਪੰਜਾਬ ਹਾਰਦਾ ਰਿਹਾ। ਹਾਂ, 25 ਸਾਲ ਤੋਂ ਚੰਨੀ ਵਾਰ ਵੀ ਉਹ ਕਿਹਾ ਵੀ ਮੈਂ ਕਿਹਾ ਸੀ ਚਾਦਰ ਨਾ ਵਿਛਾ। ਚਲੋ, ਹਰ ਇੱਕ ਮੁੱਖ ਮੰਤਰੀ ਦਾ ਫਰਕ ਹੁੰਦਾ, 10 ਕਰੋੜ ਵਾਲਾ ਫਿਰ ਉਹ ਨਿਕਲਿਆ ਜਿਹੜੇ ਰੌਲੇ ਰੁਪਏ ਜੇ ਤੁਸੀਂ ਦੇਖੀ ਨੇ ਸਾਰੇ ਕਾਸੇ ਦੀ। ਇਸ ਕਰਕੇ ਉਹਦੇ ਮਨ 'ਤੇ ਕਾਂਗਰਸ ਦਾ ਭਾਰ ਕਿਉਂ ਚੱਕਿਆ ਜੀ? ਹੁਣ ਇਹ ਕਹਿੰਦੇ ਨੇ ਸਾਡੇ ਸਟੇਜ 'ਤੇ ਆ ਜੀ, ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ। ਸੱਦਾ ਦਿੱਤਾ ਨਹੀਂ ਬਾਬਾ ਜੀ, ਉਹਨਾਂ ਨੂੰ ਸੱਦਾ ਦਿੱਤਾ, ਪਰ ਉਸ ਤੋਂ ਪਹਿਲੇ ਇਹ ਵੀ ਤਾਂ ਗੱਲ ਆਈ ਹੈ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਜੇ ਸਟੇਜ ਲਾਈ ਵੀ ਵੱਖਰੀ ਕਿਵੇਂ ਸੀਗੀ, ਉਹ ਵੀ ਗੱਲ ਇੱਕ ਆ ਰਹੀ ਹੈ ਸਾਹਮਣੇ ਵੀ ਵੱਖਰੀ ਕਿਵੇਂ ਸੀ। ਉਹਦੇ 'ਤੇ ਰਾਹੁਲ ਗਾਂਧੀ, ਉਹਦੇ 'ਤੇ ਸੋਨੀਆ ਗਾਂਧੀ, ਉਹਦੇ 'ਤੇ ਖੜਗੇ, ਉਹਨਾਂ ਦੀਆਂ ਫੋਟੋਆਂ ਸੀਗੀਆਂ, ਕਾਂਗਰਸ ਦੀ ਰੈਲੀ ਸੀਗੀ। ਕਾਂਗਰਸ ਦੀ ਰੈਲੀ ਸੀ, ਕਾਂਗਰਸ ਦੀ ਜਿਹੜੀ ਦਿਸ਼ਾ ਮਾਰਗ ਸੇਧ ਜੋ ਅਪਣਾ ਰਹੀ ਹਾਈਕਮਾਂਡ ਉਹਦੇ ਅਨੁਸਾਰ ਉਹ ਰੈਲੀ ਸੀ। ਜਿਹੜੀ ਇਹਨਾਂ ਦੀ 80-20 ਦੀ ਰੇਸ਼ੋ ਆ ਭਗਵੰਤ ਮਾਨ ਸਰਕਾਰ ਨਾਲ, ਉਹਦੇ ਖਿਲਾਫ ਰੈਲੀ ਸੀ ਉਹ, ਕਿਉਂਕਿ ਉਹ ਸਾਰੇ ਮੁੱਦਿਆਂ 'ਤੇ ਬੋਲਿਆ, ਸਾਰੀਆਂ ਨੀਤੀਆਂ 'ਤੇ ਬੋਲਿਆ, ਐਕਸਪੋਜ਼ ਕੀਤਾ ਉਹ ਸਾਰੇ ਕਾਸੇ ਨੂੰ। ਅਸਲ 'ਚ ਗੱਲ ਇਹ ਹੈ ਵੀ ਕਾਂਗਰਸ ਦਾ ਅਖਾੜਾ ਨਹੀਂ ਲੱਗ ਰਿਹਾ ਕੋਈ, ਇਹ ਹੁਣ ਕਹਿੰਦੇ ਨੇ ਸਾਡੀ ਸਟੇਜ 'ਤੇ ਆ ਕੇ ਸਾਡੇ ਵਾਂਗੂ ਬੋਲ, ਜਦੋਂ ਤੁਹਾਡੇ ਵਿਚਾਰਾਂ ਦਾ ਮਤਭੇਦ ਆ, ਇਹ ਕੋਈ ਖਾਨਾ ਜੰਗੀ ਨਹੀਂ, ਇਹ ਮਤਭੇਦ ਹੱਲ ਕਰਨੇ ਪੈਣਗੇ, ਹੋਣਗੇ ਸੰਵਾਦ ਰਾਹੀਂ। ਸੰਵਾਦ ਤੇ ਡਾਇਲੋਗ ਜ਼ਰੂਰੀ ਹੈ, ਤੁਹਾਡਾ ਕਹਿਣ ਦਾ ਮਤਲਬ ਹੈ ਕਿ ਬਿਨਾਂ ਸੰਵਾਦ ਬਿਨਾਂ ਡਾਇਲੋਗ ਦੇ ਮਸਲੇ ਪਹਿਲੇ ਹੱਲ ਕਰਨੇ ਜ਼ਰੂਰੀ ਨੇ, ਇੱਕ ਮਤ ਤੇ ਆਉਣਾ ਜ਼ਰੂਰੀ ਹੈਗਾ, ਔਰ ਹਾਈ ਕਮਾਂਡ ਇੱਕ ਦਿਸ਼ਾ ਦੇ ਰਹੀ ਹੈ ਦੇਸ਼ ਨੂੰ, ਇਸ ਟਾਈਮ ਲੋਕ ਸਭਾ ਦੇ ਵਿੱਚ ਚੋਣਾਂ ਦੇ ਵਿੱਚ ਜਾਣਾ ਹੈ, ਅਤੇ ਕੋਈ ਇੱਕ ਜਿਹੜੀ ਯੂਨੈਨਿਮਸ ਚੀਜ਼ ਹੈਗੀ ਹੈ, ਸਾਂਝੀ ਮਤ ਬਣਾਉਣੀ ਪਏਗੀ ਕਾਂਗਰਸ ਪਾਰਟੀ ਦੇ ਅੰਦਰ। ਗੁਰੂ ਸਾਹਿਬ ਨੇ ਕੀ ਕਿਹਾ, ਸਾਂਝ ਕਰੀਜੇ ਗੁਣਾ ਕੇਰੀ ਛੋੜਾ ਵਗਣ ਚੱਲੀਏ,
ਜਦੋਂ ਤੁਸੀਂ ਇੱਕ ਫਾਸ਼ੀਵਾਦ ਵੱਡਾ ਦੁਸ਼ਮਣ ਤੁਹਾਡੇ ਸਾਹਮਣੇ ਆ, ਜਿਹਨੇ ਹਾਲਤ ਤੁਹਾਡੀ ਇਹ ਪੈਦਾ ਕਰਤੀ, ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ, ਨਾ ਤੁਮ ਹੀ ਬਚੇਂਗੇ ਨਾ ਸਾਥੀ ਤੁਹਾਰੇ, ਹਾਲਤ ਇਹ ਬਣ ਗਿਆ। ਹੁਣ ਤਾਂ ਕੰਧ ਤੇ ਲਿਖਿਆ, ਪੜ੍ਹ ਲਓ ਨਾ ਜੋ ਸੰਸਦ 'ਚ ਇਹਨਾਂ ਨੇ ਕਰਤਾ। ਸੋ ਇਸ ਕਰਕੇ ਇਹ ਕਹਿਣਾ ਵੀ ਵੱਖਰੀ ਰੈਲੀ ਕਰ ਰਿਹਾ ਸਾਡੀ ਸਟੇਜ ਤੇ ਆ, ਅਸਲ ਗੱਲ ਇਹ ਹੈ ਵੀ ਇਹਨਾਂ ਤੋਂ ਖੜਾ ਲੱਗ ਨਹੀਂ ਰਿਹਾ, ਉਹਦਾ ਖੜਾ ਜੰਮ ਗਿਆ। ਉਹ ਇੱਕ ਗੀਤ ਦੀ ਲਾਈਨ ਹੋ ਗਈ, ਲਾਲਾ ਲਾਲਾ ਖੜਾ ਗਿਆ ਹੱਲ ਜੀ, ਕਾਂਗਰਸ ਦਾ ਖੜਾ ਹੱਲ ਗਿਆ ਇੱਕ ਗੱਲ ਨਾਲ, ਜੀ ਤੋਂ ਇਹ ਇਸ ਤਰ੍ਹਾਂ ਕਰਦੇ ਆ। ਮੈਂ ਇਸ ਗੱਲ ਦੇ ਹੱਕ 'ਚ ਵੀ ਨਹੀਂ, 8-10 ਬੰਦਿਆਂ ਨੇ ਬਿਆਨ ਦਿੱਤਾ ਵੀ ਸਾਨੂੰ ਵੀ ਨਹੀਂ ਤੁਸੀਂ ਸੱਦਦੇ, ਸਾਡਾ ਦੋਸ਼ ਇਹ ਹੈ ਵੀ ਅਸੀਂ ਸਿੱਧੂ ਦੀ ਹਮਾਇਤ ਕਰਦੇ ਹਾਂ ਜਾਂ ਹਾਂ, ਕਈਆਂ ਨੇ ਇਹ ਦਿੱਤਾ। ਮੈਂ ਕਹਿੰਦਾ ਮਸਲਾ ਹੈ ਹੀ ਨਹੀਂ ਸੱਦਣ ਨਾ ਸੱਦਣ ਦਾ, ਮਸਲਾ ਤਾਂ ਦੋ ਮਾਰਗ ਸਿੱਧਾਂ ਦਾ, ਸਿਆਸੀ ਸਿੱਧ ਦੇ ਮਤਭੇਦ ਦਾ। ਅੱਛਾ, ਇਹਨਾਂ ਦੇ 7 ਨੇ ਉੱਧਰ ਦਿੱਤਾ, 7 ਨੇ ਇਹਨਾਂ ਨੇ ਦਿੱਤਾ, ਪਾਰਟੀ ਚੋਂ ਕੱਢੋ ਜੇ ਪਾਰਟੀ ਚੋਂ ਕਿਹੜੀ ਉਹਨੇ ਬਿੱਲੀ ਮਾਰਤੀ ਜੀ ਨਵਜੋਤ ਸਿੰਘ ਸਿੱਧੂ ਨੇ। ਅੱਜ ਮੈਂ ਤਾਂ ਹੁਣ ਟੀਵੀ ਤੇ ਹੁਣੇ ਸੁਣ ਕੇ ਆਇਆ ਬਾਈ, ਹਾਈ ਕਮਾਂਡ ਨੇ ਬਾਜਵੇ ਦਾ ਤੇ ਇਹਨਾਂ ਦਾ ਨੋਟਿਸ ਲਿਆ, ਜਿਹੜੇ ਬੰਬ ਇਨ ਹਾਈ ਬੰਬ ਇਨ ਬੇਸਮੈਂਟ ਕਹਤਾ ਬੰਬਿੰਗ ਬੇਸਮੈਂਟ ਨਵਜੋਤ ਸਿੰਘ ਸਿੱਧੂ ਨੂੰ। ਇਦਾਂ ਕਹਿੰਦਾ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਨੂੰ ਰੱਦ ਕਰੋ, ਉਹਦੇ ਵਿਚਾਰਾਂ ਨੂੰ ਰੱਦ ਕਰੋ, ਇਹ ਮਸਲਾ ਹੱਲ ਕਰਨਾ ਪੈਣਾ ਤੁਹਾਨੂੰ, ਇਹ ਕਹਿਣਾ ਪੈਣਾ। ਦੇਖੋ ਪਹਿਲਾਂ ਤਾਂ ਹਾਈ ਕਮਾਂਡ ਦੋ ਚਿੱਤੀ 'ਚ ਸੀ, ਚਲੋ ਚੰਨੀ ਨੂੰ ਮੌਕਾ ਦੇਤਾ ਕਿਉਂਕਿ ਪੰਜਾਬ ਦੀ ਬਾਹਲੀ ਕਾਂਗਰਸ ਉਹਦੇ ਨਾਲ ਸੀ, ਬਦਲਣਾ ਨਹੀਂ ਚਾਹੁੰਦੇ ਸੀ, ਪਰ ਹੁਣ ਹਾਈ ਕਮਾਂਡ ਉਹ ਰੌਂ 'ਚ ਹੈ ਨਹੀਂ ਜੋ ਮੇਰਾ ਜਾਇਜ਼ਾ। ਮੈਨੂੰ ਇੱਕ ਬੜੇ ਸੀਨੀਅਰ ਲੀਡਰ ਨੇ ਦਿੱਲੀ ਤੋਂ ਪੁੱਛਿਆ, ਕਿ ਪਤਾ ਲੱਗ ਜਾਂਦਾ ਨਾ ਕਿਵੇਂ ਨਾ ਕਿਵੇਂ ਜੀ। ਉਹ ਹੱਸ ਕੇ ਕਹਿੰਦਾ ਮਾਲੀ ਸਾਹਿਬ ਆਹ ਕੁੰਡੀ ਦਾ ਹੱਲ ਕੀ ਹੈ ਜਿਹੜੀ ਪੰਜਾਬ 'ਚ ਹੋ ਗਈ। ਮੈਂ ਜੀ ਹੱਲ ਨਿਕਲਿਆ, ਪਹਿਲੀ ਗੱਲ ਤਾਂ ਇੱਕ ਦੇ ਖਿਲਾਫ ਇੱਕ ਜ਼ਰੂਰੀ ਤਾਂ ਨਹੀਂ 542 'ਚ ਹੁਣ ਰਹਿ ਜਾਂਦਾ ਫਰਕ, ਈਵਨ ਉਦੋਂ ਜਨਤਾ ਸਰਕਾਰ ਬਣੀ ਉਦੋਂ ਵੀ ਫਰਕ ਰਹਿ ਜਾਂਦਾ ਸੀ, 400 ਤੇ ਹੋ ਜੇ 450 ਤੇ ਹੋ ਜੇ, ਕਈ ਥਾਂ ਤੇ ਫਰੈਂਡਲੀ ਮੈਚ ਹੋ ਜਾਂਦਾ। ਮੈਂ ਉਹਨੂੰ ਕਿਹਾ ਤੁਸੀਂ ਐਂ ਕਰੋ ਵੀ ਇੱਕ ਤਾਂ ਇੰਡੀਆ ਗੱਠਜੋੜ ਵਾਲੀ ਕਾਂਗਰਸ ਆ ਉਹ ਨਵਜੋਤ ਸਿੰਘ ਸਿੱਧੂ ਦੇ ਅਗਵਾਈ 'ਚ ਇਕੱਠੀ ਹੋ ਜੇ, ਆਪ ਨਾਲ ਰਲ ਕੇ ਲੜ ਲੇ, ਉਹ ਵੀ ਸਾਡੀ ਆ। ਇੱਕ ਪੰਜਾਬ ਕਾਂਗਰਸ ਆ ਉਹ ਵੀ ਸਾਡੀ ਆ, ਉਹ ਆਪਦੇ ਤੌਰ ਤੇ ਲੜ ਕੇ ਦੇਖ ਲੈਣ, ਨਾਲੇ ਕਾਫੀ ਨਤਾਰਾ ਹੋ ਜੂ। ਹੱਸਿਆ ਬਹੁਤ ਜ਼ੋਰ ਨਾਲ, ਕਹਿੰਦਾ ਗੱਲ ਤਾਂ ਤੁਹਾਡੀ ਠੀਕ ਆ। ਮੈਂ ਜੀ ਹੋਰ ਕੀ ਕਰੋਗੇ ਤੁਸੀਂ, ਨਹੀਂ ਇੱਕ ਨੂੰ ਕੱਢੋਗੇ, ਕਹਿੰਦੇ ਹੋਊ ਕੀ। ਮੈਂ ਕਿਹਾ ਉਸੇ ਤਨਖਾਹ ਤੇ ਕੰਮ ਕਰਨਗੇ, ਕਿਸੇ ਨੇ ਕੁਛ ਨਹੀਂ ਕਰਨਾ, ਇਹ ਇੰਡੀਆ ਗੱਠਜੋੜ ਜੇ ਤੁਸੀਂ ਉਹ ਖੁੱਲੀ ਛੁੱਟੀ ਦਿੱਤੀ ਵੱਖਰੀ ਗੱਲ ਆ, ਨਹੀਂ ਇਹਨਾਂ 'ਚ ਕਿਸੇ 'ਚ ਜਾਨ ਨਹੀਂ ਹਾਈ ਕਮਾਂਡ ਦੇ ਸਾਹਮਣੇ ਕੋਈ ਖੜ ਸਕੇ ਬੋਲ ਸਕੇ। ਹੁਣ ਤਾਂ ਆਮ ਆਦਮੀ ਪਾਰਟੀ ਵਾਲੀ ਗੱਲ ਆ ਨਾ ਜੀ ਤੁਸੀਂ। ਮੈਂ ਇੱਕ ਗੱਲ ਮੇਰੇ ਯਾਦ ਆ ਰਹੀ ਸੀ, ਮੈਂ ਭੁੱਲ ਗਿਆ ਵੀ ਹਾਈ ਕਮਾਂਡ ਕਲਚਰ ਆ ਜਿਹੜਾ, ਤੁਸੀਂ ਜਦੋਂ ਉਹਦੇ ਖਿਲਾਫ ਹੋ, ਜਦੋਂ ਉਸ ਹਿਸਾਬ ਦੇ ਨਾਲ ਤੁਸੀਂ ਖੁੱਲ ਲੈਂਦੇ ਹੋ ਤਾਂ ਦੂਜੇ ਨੂੰ ਵੀ ਖੁੱਲ ਮਿਲੂਗੀ। ਜੇ ਇਸ ਤਰ੍ਹਾਂ ਦੀ ਖੇਡ ਖੇਡ ਲੈਣ ਜੀ ਕਰਕੇ ਦੇਖ ਲੈਣ, ਕਿਉਂਕਿ ਹੁਣ ਇਹ ਜਾਇਜ਼ਾ ਲੈਂਦੇ ਨੇ ਵਿਧਾਨ ਸਭਾ ਦੀਆਂ ਵੋਟਾਂ ਤੋਂ, ਕੱਲੀਆਂ ਵਿਧਾਨ ਸਭਾ ਦੀਆਂ ਵੋਟਾਂ ਲੋਕ ਸਭਾ ਦਾ ਨਤੀਜਾ ਨਹੀਂ ਹੁੰਦੀਆਂ, ਹੁਣ ਤੱਕ ਹੋਈਆਂ ਨਹੀਂ ਕਿਤੇ ਪੰਜਾਬ 'ਚ ਨਹੀਂ ਹੋਈਆਂ ਕਦੇ ਜੀ। ਸੋ ਕਾਂਗਰਸੀਆਂ ਨੂੰ ਆਪਦੀ ਸੋਚ ਨੂੰ, ਸੇਧ ਨੂੰ, ਬਰਤਾਂਤ ਨੂੰ ਮੁੜ ਵਿਚਾਰਨ ਦੀ ਲੋੜ ਆ, ਇਹਦੇ ਖਾਤਰ ਸੰਵਾਦ ਦੀ ਲੋੜ ਆ। ਜਿਹੜੀ ਮੈਂ ਵੱਡੀ ਗੱਲ ਫੇਰ ਕਹਿਣਾ, ਦੁਬਾਰਾ ਕਹਿਣਾ, ਪਾਰਟੀ 'ਚੋਂ ਕੱਢ ਦਿਓ, ਬਿੱਲੀ ਮਾਰਤੀ ਉਹਨੇ ਪਾਰਟੀ 'ਚੋਂ ਕੱਢ ਦਿਓ, ਇਸ ਕਰਕੇ ਸੰਵਾਦ ਇਹ ਰਚਾ ਨਹੀਂ ਸਕਦੇ, ਉਹਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ, ਇਹ ਨਹੀਂ ਕਹਿ ਸਕਦੇ ਉਹਦਾ ਏਜੰਡਾ ਗਲਤ ਆ, ਇਹ ਨਹੀਂ ਕਹਿ ਸਕਦਾ। ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਉਦੋਂ ਮੈਂ ਸਲਾਹਕਾਰ ਸੀ ਉਹਨਾਂ ਨਾਲ, 10-15 ਕੁ ਦਿਨ ਮੈਂ ਰਿਹਾ, ਉਦੋਂ ਮੇਰੇ ਬਹਾਨੇ ਉਹਨੂੰ ਠੋਕਣਾ ਚਾਹੁੰਦੇ ਸੀ, ਮੈਂ ਅਸਤੀਫਾ ਦਿੱਤਾ। ਮੈਨੂੰ ਇੱਕ ਮੇਰੇ ਦੋਸਤ ਨੇ ਕਾਂਗਰਸ ਵਾਲੇ ਬਹੁਤ ਕਹਿੰਦੇ ਯਾਰ ਮਾਲੀ ਸਿੱਧੂ ਨੂੰ ਸਮਝਾ। ਮੈਂ ਕਿਹਾ ਜੀ ਮੈਂ ਤਾਂ ਕੌਣ ਆ ਸਮਝਾਉਣ ਵਾਲਾ, ਮੈਂ ਤਾਂ ਗੱਲੇ ਕਹਿ ਸਕਦਾ, ਉਹਨਾਂ ਦੀ ਮਰਜ਼ੀ ਆ। ਸਲਾਹਕਾਰ ਦਾ ਮਤਲਬ ਹੁੰਦਾ ਉਹਨੇ ਆਪਣੀ ਸਲਾਹ ਦੇਣੀ ਆ, ਅਗਲੇ ਨੇ 100 ਤੋਂ ਸਲਾਹ ਲੈਣੀ ਆ ਜੀ, ਮੰਨਣੀ ਤਾਂ ਉਹਨੇ ਆ। ਹੁਣ ਟੋੜਾ ਸਾਹਿਬ ਦਾ ਇਹੀ ਸਿਫਤ ਸੀ, ਉਹਨਾਂ ਨੂੰ ਸਿਆਣਪ ਇਕੱਠੀ ਕਰਨੀ ਆਉਂਦੀ ਸੀ। ਮੈਂ ਇੱਕ ਗੱਲ ਤੁਸੀਂ ਦੱਸਤੀ, ਉਹੀ ਗੱਲ ਮੈਂ ਦੱਸਤੀ, ਚਾਹੇ ਉਹ ਅੱਛਾ ਅੱਛਾ ਇਹੀ ਸੁਣਦੇ ਸੀ।
ਤਾਂ ਹੀ ਤਾਂ ਕਹਿੰਦੇ ਸੀ ਨਾ ਵੀ ਟੌੜਾ ਸਾਹਿਬ ਦੇ ਪੜ੍ਹਾਈ ਘੱਟ ਕੀਤੀ ਹੈ ਚਾਹੇ, ਪਰ ਉਹਨੂੰ ਜ਼ਿੰਦਗੀ ਦੀ ਕਿਤਾਬ ਪੜ੍ਹਨੀ ਆ ਗਈ। ਨਵਜੋਤ ਸਿੰਘ ਸਿੱਧੂ ਜ਼ਿੰਦਗੀ ਦੀ ਕਿਤਾਬ ਪੜ੍ਹ ਰਿਹਾ, ਠੀਕ ਆ, ਉਹਨੇ ਦਰਸ਼ਨੀ ਘੋੜੇ ਵਾਲਾ ਵਰਤਾਂਤ ਛੱਡਿਆ, ਮੈਂ ਤੋਂ ਆਪ ਤੇ ਅਸੀਂ ਤੱਕ ਆਉਣ ਦਾ ਸਫ਼ਰ ਰਹਿੰਦਾ ਹਾਲੇ। ਉਹ ਜਿਵੇਂ ਕਹਿੰਦੇ ਆ ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ, ਔਖੀ ਘਾਟੀ ਵਿਖੜਾ ਪੈਂਦਾ ਇਹ। ਸਿੱਧੂ ਸਾਹਿਬ ਨੂੰ ਵੀ ਬਹੁਤ ਕੁਝ ਸੁਧਾਰਨ ਦੀ ਲੋੜ ਆ, ਖਾਸ ਕਰਕੇ ਜਥੇਬੰਦਕ ਲਾਈਨ ਤੋਂ। ਹਾਂ, ਕਿਹਾ ਉਹਨਾਂ ਨੇ ਵੀ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ, ਆਹ ਮੇਰੀ ਟੀਮ ਦੀ ਵੀ ਗੱਲ। ਉਹਨੂੰ ਤਾਂ ਹੁਣ ਸਿੱਧਾ ਦੇਖੋ ਮਾੜੇ ਚੰਗੇ ਸਾਰੇ ਹੁੰਦੇ ਨੇ, ਵਡਿਆਈ ਵਾਲੀ ਗੱਲ ਵੀ ਕਰਦੇ ਆ ਬਾਰ ਬਾਰ ਜਿਹੜੇ ਕਾਂਗਰਸੀ ਨੇ, ਉਹ ਕਹਿੰਦੇ ਜੀ ਇਹਨਾਂ ਨੇ ਜਿਹੜਾ ਇਹਨਾਂ ਦੀ ਅਗਵਾਈ ਦੇ ਵਿੱਚ ਜਿਵੇਂ ਆਪਾਂ ਪਹਿਲੇ ਗੱਲ ਕਰ ਹੀ ਚੁੱਕੇ ਹਾਂ ਕਿ 20-22 ਦੀਆਂ ਚੋਣਾਂ ਲੜੀਆਂ, 18 ਸੀਟਾਂ ਆਈਆਂ, ਉਸ ਤੋਂ ਪਹਿਲੇ 78 ਆਈਆਂ ਸੀਗੀਆਂ 17 ਦੇ ਵਿੱਚ, ਤੇ ਇੱਕ ਇਹਨਾਂ ਨੂੰ ਆਪਣੇ ਆਪ ਕੋਈ ਮਤਲਬ ਕਿ ਸਟੇਬਿਲਿਟੀ ਨਹੀਂ ਹੈਗੀ, ਵਡਿਆਈ ਆਪ ਵਡਿਆਈ ਵਿੱਚ ਜ਼ਿਆਦਾ ਨੇ, ਐਵੇਂ ਦੀ ਗੱਲਾਂ ਉਹਨਾਂ ਨੇ ਕੀਤੀਆਂ ਨੇ। ਕੁਦਰਤ ਦਾ ਨਿਜਮਾ, ਗਤੀਸ਼ੀਲਤਾ, ਤਬਦੀਲੀ, ਜਿਹੜਾ ਕਹਿੰਦਾ ਸਟੈਂਡ ਸਟੈਂਡ ਤਾਂ ਸਾਈਕਲ ਦਾ ਵੀ ਹੁੰਦਾ, ਹਾਲਤ ਬਦਲ ਰਿਹਾ, ਸਮਾਜ ਬਦਲ ਰਿਹਾ, ਦੁਨੀਆ ਬਦਲ ਰਹੀ ਆ, ਰਿਸ਼ਤੇ ਬਦਲ ਰਹੇ ਨੇ, ਵਿਚਾਰਾਂ 'ਚ ਬਦਲਾਅ ਕਿਉਂ ਨਾ ਆਵੇ ਜੀ। ਇਹ ਹੁਣ ਉਹ ਉੱਥੇ ਹੀ ਖੜ੍ਹੇ ਨੇ, ਅਸਲ 'ਚ ਉਸੇ ਬੰਦ ਬਕਸੇ 'ਚ ਸੋਚੀ ਜਾਂਦੇ ਨੇ, ਜਿਹਦੇ ਕਰਕੇ ਇਹਨਾਂ ਦਾ ਫੋਹ ਨਹੀਂ ਪੈਂਦਾ। ਪੰਜਾਬ 'ਚ ਜ਼ਿਆਦਾ ਨੇ ਇਹ ਇਕੱਠੇ ਹੋਏ ਹੋਏ, ਇਸ ਕਰਕੇ ਇਹਨਾਂ ਨੂੰ ਇੱਕ ਵਾਰ ਮੌਕਾ ਦੇਤਾ। ਪਰ ਦੇਖੋ ਕਾਂਗਰਸ ਸਾਹਮਣੇ ਦੋ ਵੱਡੀਆਂ ਸਮੱਸਿਆਵਾਂ ਨੇ, ਇੱਕ ਤਾਂ ਵਿਚਾਰ ਬਦਲਣ ਦੀ ਲੜਾਈ ਆ, ਜਿਵੇਂ ਆਪਣੇ ਰਾਹੁਲ ਗਾਂਧੀ ਨੇ ਇੱਕ ਨਵੀਂ ਸੇਧ ਦਿੱਤੀ ਆ ਸਾਰੀਆਂ ਗੱਲਾਂ 'ਚ, ਕਾਂਗਰਸ ਨੂੰ ਆਪਦੇ ਆਪ ਨੂੰ ਵਿਚਾਰਧਾਰਕ ਸਿਆਸੀ ਤੌਰ 'ਤੇ ਬਦਲਣਾ ਪੈਣਾ। ਦੂਜੀ ਗੱਲ ਪੀੜ੍ਹੀ ਬਦਲਣ ਦੀ ਵੀ ਹੈਗੀ ਆ। ਪੰਜਾਬ ਕਾਂਗਰਸ ਦੇ ਜਿਹੜੇ ਇਸ ਟਾਈਮ ਮੌਜੂਦਾ ਲੀਡਰਸ਼ਿਪ ਹੈਗੀ ਹੈ ਜਾਂ ਲੀਡਰਸ ਨੇ, ਕਿਉਂਕਿ ਤੁਸੀਂ ਸਲਾਹਕਾਰ ਤਾਂ ਹੈਗੇ ਹੋ, ਹੁਣ ਕੱਲੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੇ ਵਜੋਂ ਤਾਂ ਨਹੀਂ ਮੈਂ ਤੁਹਾਨੂੰ ਗੱਲ ਪੁੱਛ ਰਹੀ ਜਾਂ ਨਹੀਂ ਪੁੱਛ ਸਕਦੀ, ਕਿਉਂਕਿ ਇਸ ਟਾਈਮ ਜਿਹੜੀਆਂ ਤੁਸੀਂ ਗੱਲਾਂ ਅਤੇ ਤਕਰੀਰਾਂ ਕਰ ਰਹੇ ਹੋ, ਔਲਰੇਡੀ ਤੁਹਾਡੇ ਪੋਸਟਾਂ ਆ ਰਹੀਆਂ, ਉਹ ਇੱਕ ਖੁੱਲ੍ਹੀ ਸਲਾਹ ਹੈਗੀ ਹੈ, ਖਾਸ ਕਰਕੇ ਕਾਂਗਰਸ ਨੂੰ ਹੀ ਸਲਾਹ ਦੇ ਰਹੇ ਹੋ ਤੁਸੀਂ। ਪੰਜਾਬ ਕਾਂਗਰਸ ਦੀ ਇਸ ਟਾਈਮ ਮੌਜੂਦਾ ਚਾਹੇ ਲੀਡਰਸ਼ਿਪ ਹੈ ਚਾਹੇ ਬਾਕੀ ਦੇ ਇੱਧਰ ਬੈਠੇ ਕਾਰਕੁਨ ਨੇ, ਉਹਨਾਂ ਨੂੰ ਤੁਸੀਂ ਇੱਕ ਬੜੀ ਨਰਮ ਜਿਹੇ ਤਰੀਕੇ ਦੇ ਨਾਲ ਕੀ ਸਲਾਹ ਦੇਣਾ ਚਾਹੁੰਦੇ ਹੋ? ਇਹ ਮੈਂ ਸਲਾਹ ਉਦੋਂ ਵੀ ਦਿੱਤੀ ਸੀ ਵੀ ਬਦਲੋ ਨਹੀਂ ਬਦਲੇ ਜਾਓਗੇ, ਬਦਲਣ ਦੀ ਲੋੜ ਆ, ਇਹਨਾਂ ਨੂੰ ਤਾਂ ਮੈਂ ਇਹੀ ਸਲਾਹ ਦੂੰਗੀ। ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਸੋਚ ਨੂੰ ਨਵਿਆਇਆ ਨਾ, ਤਾਂ ਫਿਰ ਇੱਕ ਅੰਗਰੇਜ਼ੀ ਦੀ ਕਹਾਵਤ ਆ ਸਰਵਾਈਵਲ ਆਫ ਦੀ ਫਿਟੈਸਟ, ਆਪਣੇ ਆਪ ਨੂੰ ਪੰਜਾਬ ਅਤੇ ਮੁਲਕ ਦੇ ਫਿਟੈਸਟ ਕਰੋ, ਜਿਵੇਂ ਰਾਹੁਲ ਗਾਂਧੀ ਕਰ ਰਿਹਾ, ਨਹੀਂ ਉਖਾੜੇ ਜਾਓਗੇ। ਹੁਣ ਤੁਸੀਂ ਇਹਨਾਂ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਨਰਮ ਹਿੰਦੂਤਵਾ ਦਾ ਖੇਡ ਖੇਡਿਆ, ਜੇ ਮੋਦੀ ਦੇ ਪਾਲੇ 'ਚ ਜਾ ਕੇ ਖੇਡੋਗੇ ਉੱਥੇ ਨਹੀਂ ਉਹ ਕਿਸੇ ਦੀ ਮਤਲਬ ਗੁੱਲੀ ਦੰਡ ਪੈਣ ਦੇਣੀ ਉਹਨੇ। ਪੰਜਾਬ ਕਾਂਗਰਸ ਮੈਂ ਕਹਿੰਦਾ ਸਾਰੀ ਸਤਿਕਾਰਯੋਗ ਨੇ, ਨਿੱਜੀ ਤੌਰ 'ਤੇ ਮੇਰਾ ਕੋਈ ਕਿਸੇ ਨਾਲ ਰੌਲਾ ਨਹੀਂ, ਪਰ ਮੇਰੀ ਜਿਹੜੀ ਆਪਦੀ ਸੋਚ ਆ, ਜ਼ਰੂਰੀ ਨਹੀਂ ਇਹਦੇ ਨਾਲ ਸਹਿਮਤ ਹੋਣ, ਵੱਖਰੇ ਵਿਚਾਰ। ਮੈਂ ਤਾਂ ਅੱਜ ਸੁਖਵੀਰ ਬਾਦਲ ਨੂੰ ਵੀ ਸਲਾਹ ਦਿੱਤੀ ਹੈ, ਮੇਰੀ ਪੋਸਟ ਪੜ੍ਹ ਲਓ, ਮੈਂ ਕਿਹਾ ਆਏ ਨਹੀਂ ਤਾਂ ਤੋਂ ਰਿਵਾਈਵ ਹੋਇਆ ਜਾਣਾ, ਜੇ ਅਕਾਲੀ ਦਲ ਨੂੰ ਰਿਵਾਈਵ ਕਰਨਾ ਆਹ ਗੱਲਾਂ ਕਰਨੀਆਂ ਪੈਣਗੀਆਂ, ਲਾਈਨ ਬਦਲਣੀ ਪਊ, ਜਿਹੜੀ 96 ਤੋਂ ਤੁਸੀਂ ਬਦਲੀ ਆ ਲਗਾਤਾਰ, ਹੁਣ ਲਾਈਨ ਬਦਲੇ ਬਿਨਾਂ। ਜਿਹੜੇ ਦੂਜੇ ਨੇ ਉਹ ਤਾਂ ਪਹਿਲੀ NDA 'ਚ ਨੇ, ਚਾਹੇ ਬੀਬੀ ਜਗੀਰ ਕੌਰ ਆ ਚਾਹੇ ਉਹ ਆ, ਇਹ ਚਾਹੇ ਤਕਨੀਕੀ ਤੌਰ 'ਤੇ ਅੱਡ ਨੇ, ਪਰ ਰਿਸ਼ਤਾ ਇਹਨਾਂ ਦਾ ਸਿਆਸੀ ਤੌਰ 'ਤੇ 9 ਮਾਸ ਵਾਲੀ ਆ। ਪੰਜਾਬ ਕਾਂਗਰਸ ਦੀ ਗੱਲ ਕਰ ਲਈ ਆਪਾਂ, ਨਹੀਂ ਪੰਜਾਬ ਕਾਂਗਰਸ ਨੂੰ ਬਦਲਣਾ ਚਾਹੀਦਾ ਜੀ। ਦੇਖੋ ਅਮਰਿੰਦਰ ਸਿੰਘ ਨੇ ਇੱਕ ਵੱਖਰੀ ਲਾਈਨ ਲਈ ਸੀ, ਦਰਬਾਰ ਸਾਹਿਬ 'ਤੇ ਫੌਜੀ ਹਮਲੇ ਵੇਲੇ ਅਸਤੀਫਾ ਦਿੱਤਾ, ਬਾਅਦ 'ਚ ਅਸਤੀਫਾ ਦਿੱਤਾ, ਜਾਟ ਮਹਾਸਭਾ ਬਣਾ ਲਈ, ਅੱਡ ਅੱਪ ਦਾ ਐਲਾਨ ਕੀਤਾ, ਪਾਣੀਆਂ ਵਾਸਤੇ ਵੀ, ਪਾਣੀਆਂ ਵਾਸਤੇ ਬਹੁਤ ਵੱਡੀ ਗੱਲ ਕੀਤੀ, ਬਾਜਪਾਈ ਦੀ ਕੋਠੀ ਮੂਹਰੇ ਧਰਨਾ ਕੀਤਾ CCL ਲਈ ਉਦੋਂ ਪਹਿਲੀ ਟਰਮ ਦੇ ਵਿੱਚ, ਤੇ ਲੋਕਾਂ ਨੇ ਪ੍ਰਵਾਨ ਕਰ ਲਿਆ, ਉਹਨੇ ਪੰਜਾਬ ਕਾਂਗਰਸ ਨੂੰ ਰਿਜਨਲ ਰੰਗ ਦੇਤਾ। ਹੁਣ ਜਦੋਂ ਪੰਜਾਬ ਦੀ ਚੋਣ ਹੁੰਦੀ ਆ ਉਦੋਂ ਉਹਨੂੰ ਰਿਜਨਲ ਦਾ ਰੰਗ ਨਹੀਂ ਦਿੰਦੇ, ਜਦੋਂ ਮੁਲਕ ਦੇ ਪੱਖੋਂ ਸੋਚਣਾ ਹੁੰਦਾ ਉਦੋਂ ਕਹਿੰਦੇ ਨੇ ਅਸੀਂ ਤਾਂ ਪੰਜਾਬ ਦੇ ਐਂਗਲ ਤੋਂ ਸੋਚਾਂਗੇ। ਸੋ ਵੱਡੀ ਗੱਲ ਇਹੀ ਆ, ਸੰਵਾਦ ਦੀ ਲੋੜ ਆ, ਪਾਰਟੀ 'ਚੋਂ ਕੱਢ ਦਿਓ ਜੀ, ਫਲਾਨਾ ਕਰ ਦਿਓ ਜੀ, ਇਹਨਾਂ ਗੱਲਾਂ ਨਾਲ ਕੋਈ ਫਾਇਦਾ ਨਹੀਂ, ਸੰਵਾਦ ਰਚਾਓ। ਮੈਂ ਦੁਬਾਰਾ ਫੇਰ ਕਹਿਣਾ, ਜਿਹੜਾ ਮੈਂ ਕਹਿੰਦਾ ਹਵਾ ਵੜਦੇ ਹੱਥਾਂ ਨਾਲ, ਜਿਹੜੇ ਸਿੱਧੂ ਨੇ ਜਿਹੜੀ ਏਜੰਡਾ ਵਿਛਾਤਾ ਨਾ ਜੀ ਪੰਜਾਬ 'ਚ,
ਇਹ ਸਾਰੀਆਂ ਪਾਰਟੀਆਂ ਦੇ ਪੈਰਾਂ ਹੇਠੋਂ ਮਿੱਟੀ ਖੇਡ ਰਿਹਾ। ਇਹਦੇ ਬਾਰੇ ਤੁਹਾਨੂੰ ਫੈਸਲੇ ਲੈਣੇ ਪੈਣਗੇ, ਅਪਣਾਉਣਾ ਪਊ, ਰੱਦ ਕਰਨਾ ਪਊ, ਸੋਧਣਾ ਪਊ। ਸਿੱਧੂ ਹੋਵੇ ਨਾ ਹੋਵੇ, ਇਹ ਏਜੰਡੇ ਨੇ ਅਮਰ ਰਹਿਣਾ ਹਮੇਸ਼ਾ, ਮੈਨੂੰ ਇਹ ਲੱਗਦਾ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਸ਼ੁਕਰੀਆ। ਮਾਲਵਿੰਦਰ ਸਿੰਘ ਮਾਲੀ ਸਾਡੇ ਅੱਜ ਮਹਿਮਾਨ ਸੀਗੇ, ਗੱਲਬਾਤ ਅਸੀਂ ਕਰ ਰਹੇ ਸੀ ਇਹਨਾਂ ਨਾਲ, ਇੰਟਰਵਿਊ ਕੀਤੀ ਹੈ। ਗੱਲਾਂ ਬਾਤਾਂ ਇਹਨਾਂ ਦੀਆਂ ਵੀ ਤਕਰੀਰਾਂ ਬੜੀਆਂ ਤਗੜੀਆਂ ਹੁੰਦੀਆਂ ਨੇ ਔਰ ਬੜੀ ਦਲੀਲ ਦੇ ਨਾਲ ਗੱਲਬਾਤ ਕਰਦੇ ਨੇ ਔਰ ਬੜੇ ਖੁੱਲ੍ਹੇ ਵਿਚਾਰਾਂ ਨਾਲ ਗੱਲਬਾਤ ਕਰਦੇ ਨੇ। ਸੰਵਾਦ ਚਾਹੀਦਾ, ਇਹਨਾਂ ਨੇ ਕਿਹਾ ਕਿ ਚਾਹੇ ਪਾਰਟੀ ਕੋਈ ਵੀ ਹੋਏ, ਜੇ ਖਾਸ ਕਰਕੇ ਇਹਨਾਂ ਨੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਔਰ ਪੰਜਾਬ ਕਾਂਗਰਸ ਦੀ ਗੱਲ ਕੀਤੀ ਹੈ, ਅਤੇ ਇਹਨਾਂ ਨੇ ਕਿਹਾ ਕਿ ਡਾਇਲੋਗ ਜ਼ਰੂਰੀ ਹੈਗਾ, ਸੰਵਾਦ ਜ਼ਰੂਰੀ ਹੈਗਾ ਔਰ ਏਜੰਡਿਆਂ ਦੀ ਜਿਹੜੀ ਰਾਜਨੀਤੀ ਹੈ ਉਹ ਕਰਨੀ ਪਏਗੀ, ਏਜੰਡੇ 'ਤੇ ਖੜਨਾ ਪਏਗਾ, ਨਾ ਕਿ ਆਪਣੀਆਂ ਮਨਮਰਜ਼ੀਆਂ ਮਾਰਨੀਆਂ ਪੈਣਗੀਆਂ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਨਸੀਹਤ ਦਿੱਤੀ ਹੈ ਖਾਸ ਕਰਕੇ ਪੰਜਾਬ ਕਾਂਗਰਸ ਦੇ ਸਾਰੇ ਲੀਡਰਸ ਨੂੰ, ਇਸ ਟਾਈਮ ਜਿਹੜੀ ਲੀਡਰਸ਼ਿਪ ਹੈ ਸਭ ਨੂੰ, ਕਿ ਤੁਸੀਂ ਆਪਣੇ ਆਪ ਨੂੰ ਬਦਲੋ, ਨਹੀਂ ਤਾਂ ਬਦਲੇ ਜਾਓਗੇ। ਕਹਿੰਦੇ ਮੈਂ ਪਹਿਲੇ ਵੀ ਇਹ ਸਲਾਹ ਦਿੱਤੀ ਸੀ, ਹੁਣ ਵੀ ਇਹ ਸਲਾਹ ਦੇ ਰਹੇ ਹਾਂ। ਉਹਨਾਂ ਨੇ ਉਹਦੇ ਨਾਲ ਨਾਲ ਇਹ ਵੀ ਕਿਹਾ ਕਿ ਪੀੜ੍ਹੀ ਵੀ ਬਦਲਣ ਦੀ ਲੋੜ ਹੈ, ਪਰ ਹਾਲ ਫਿਲਹਾਲ ਦੇ ਲਈ ਸੰਵਾਦ ਅਤੇ ਵਿਚਾਰਾਂ ਨੂੰ ਬਦਲਣ ਔਰ ਏਜੰਡੇ 'ਤੇ ਖੜੇ ਹੁੰਦੇ ਉਹਨਾਂ ਨੇ ਗੱਲਬਾਤ ਕਹੀ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।